ਕੀ ਪ੍ਰਭ ਸਰਦਾ ਪੂਰੋ। ਸਿੰਘ ਰਾਖੇ ਪ੍ਰਭ ਮਾਰ ਦਸ ਬਗਿਆੜੀ ਲਈ ਨਵਾਰੋ ਤੀਨ ਅਵਰਤ ਕੀ ਚੂਕੀ ਘੇਰ ਸਾਧ ਸੰਗ ਚੂਕੇ ਭੈ ਫੇਰੋ। ਸਤਿਗੁਰੂ ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ। ਪੰਚ ਸਿੰਘ ਰਾਖੇ ਪ੍ਰਭ ਮਾ ਦਸ ਬਗਿਆੜੀ ਲਈ ਨਵਾ। ਪੰਚ ਜੋ ਕਾਮਾਦੀ ਵਿਕਾਰ ਨੇ ਐਸਾ ਭੈ ਦੇਣ ਵਾਲੇ ਸ਼ੇਰ ਨੇ, ਕਿਉਂਕਿ ਬੜੇ ਯੋਧੇ ਸੂਰਵੀਰ ਨੇ ਪੰਜੇ ਵਿਕਾਰ ਕਾਮ ਕਰੋ ਲੋ ਮੋਹੰਕਾਰ, ਸੋਈ ਪ੍ਰਭੂ ਨੇ ਮਾਰ ਰੱਖੇ। ਪੰਚ ਸਿੰਘ ਰਾਖੇ ਪ੍ਰਭ ਮਾਰ, ਪ੍ਰਭੂ ਨੇ ਮਾਰਿਆ, ਪਰਮੇਸ਼ਵਰ ਨੇ ਮਾਰਿਆ। ਦਸ ਬਗਿਆੜੀ ਲਈ ਨਵਾਰ, ਦਸ ਇੰਦਰੀਆਂ ਜੋ ਬਗਿਆੜੀ ਵੱਤ ਕੱਟਣ ਹਾਰੀਆਂ ਸੀ, ਜੋ ਦਸ ਇੰਦਰੀਆਂ ਨੇ ਉਹ ਵੀ ਨਵਾਰ ਲਈਆਂ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ। ਤੀਨ ਅਵਰਤ ਕੀ ਚੂਕੀ ਘੇਰ ਸਾਧ ਸੰਗ ਚੂਕੇ ਪੈ, ਜੋ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ, ਭੌਰੀਆਂ ਸੀ, ਤਿੰਨਾਂ ਦੀ ਵੀ ਜੋ ਰੋਕ ਸੀ ਉਹ ਵੀ ਹਿਰਦੇ ਤੋਂ ਚਲੀ ਗਈ, ਉੱਠ ਗਈ। ਸਾਧੂਆਂ ਦਾ ਸੰਗ, ਰੱਬ ਦੇ ਜਨਾਂ ਦਾ ਸੰਗ ਜਦੋਂ ਆਵਾਦਤ ਕੀਤੀ, ਪੈਦਾਇਕ 84 ਦੇ ਫੇਰ ਤੋਂ ਦੂਰ ਹੋ ਗਏ, ਕਿਉਂਕਿ ਸੰਗ ਹੋਇਆ ਰੱਬ ਦੇ ਜਨਾਂ ਦਾ, ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਗੁਰੂ ਦਾ। ਸਾਧ ਸੰਗ ਚੁੱਕੇ ਭੈ ਫੇਰ, 84 ਦਾ ਫੇਰਾ ਮੁੱਕ ਗਿਆ। ਸਿਮਰ ਸਿਮਰ ਜੀਵਾ ਗੋਬਿੰਦ, ਕਰ ਕਿਰਪਾ ਰਾਖਿਓ ਦਾਸ ਆਪਣਾ,
ਸਦਾ ਸਦਾ ਸਾਚਾ ਬਖਸ਼ੇਂਦੋ। ਅਸੀਂ ਤਾਂ ਗੋਬਿੰਦ ਨੂੰ ਸਿਮਰ ਸਿਮਰ ਕੇ ਜਿਉਂਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਕਿਰਪਾ ਕਰਕੇ ਪਰਮੇਸ਼ੁਰ ਨੇ ਆਪਣਾ ਦਾਸ ਜਨਮ ਮਰਨ ਤੋਂ ਰੱਖ ਲਿਆ। ਸੱਚਾ ਸਦਾ ਸਦਾ ਬਖਸ਼ੇਂਦ ਪੈ, ਕਰ ਕਿਰਪਾ ਰਾਖਿਓ ਦਾਸ ਆਪਣਾ, ਸਦਾ ਸਦਾ ਸਾਚਾ ਬਖਸ਼ੇਂਦ। ਦਾਜ ਗਏ ਤ੍ਰਿਣ ਪਾਪ ਸਮੇਰ, ਜਪ ਜਪ ਨਾਮ ਪੂਜੇ ਪ੍ਰਭ ਪੈਰ। ਜੋ ਸਮੇਰ ਸਮ ਵੱਡੇ ਪਾਪ, ਸੋ ਘਾਸ ਦੇ ਸਮ ਦਗਦ ਹੋ ਗਏ ਵੱਡੇ ਪਾਪ। ਕਦੋਂ ਹੋਏ? ਪਾਤਸ਼ਾਹ ਫਰਮਾਉਂਦੇ ਨੇ ਜਪ ਜਪ ਨਾਮ ਪੂਜੇ ਪ੍ਰਭ ਪੈਰ। ਜਬ ਮਨ ਬਾਣੀ ਕਰਕੇ ਪਰਮੇਸ਼ੁਰ ਦੇ ਨਾਮ ਨੂੰ ਜਪਿਆ, ਬੰਦਗੀ ਵਿੱਚ ਜੁੜੇ, ਪ੍ਰਭੂ ਗੁਰੂ ਦੇ ਚਰਨ ਪੂਜੇ, ਬਖਸ਼ਿਸ਼ਾਂ ਹੋ ਗਈਆਂ। ਆਨੰਦ ਰੂਪ ਪ੍ਰਗਟਿਓ ਸਭ ਥਾਨ, ਪ੍ਰੇਮ ਭਗਤ ਜੋਰੀ ਸੁਖ ਮਾਨ। ਸਭ ਥਾਵਾਂ ਵਿੱਚ, ਅਸਥਾਨਾਂ ਵਿੱਚ ਆਨੰਦ ਰੂਪ ਪਰਮਾਤਮਾ ਪ੍ਰਗਟ ਹੋਇਆ। ਪੂਰਨ ਜਾਣੇ ਆ ਪ੍ਰੇਮਾ ਭਗਤੀ ਵਿੱਚ ਜਾਂ ਬੁੱਧੀ ਜੋੜੀ, ਤੂੰ ਐਸੇ ਸੁੱਖ ਨੂੰ ਭੋਗਿਆ ਮਾਣਿਆ। ਸਾਗਰ ਤਰਿਓ ਬਾਸ਼ਰ ਖੋਜ, ਖੇਰ ਨਾ ਪਾਇਓ ਨਹਿ ਪੁਨ ਰੋਜ। ਸੰਸਾਰ ਸਮੁੰਦਰ ਐਸੇ ਤਰਿਆ ਜੈਸੇ ਬੱਚੇ ਦੀ ਪੈੜ ਵਿੱਚ ਜਲ ਭਰਿਆ ਹੋਇਆ ਹੋ, ਸਰਮ ਬਿਨਾ ਹੀ ਲੰਘ ਜਾਈਦਾ ਹੈ ਉਸ ਜਲ ਤੋਂ। ਐਸੇ ਹੀ ਸੰਸਾਰ ਪਾਰ ਹੋਣ ਵਿੱਚ ਕੋਈ ਖੇਤ ਨਹੀਂ ਪਾਇਆ, ਉਹਨਾਂ ਰੋਂਦੇ ਵੀ ਨਹੀਂ, ਜਨਮ ਮਰਨ ਤੋਂ ਰਹਿਤ ਹੋ ਗਏ। ਸੇਂਦ ਸਮਾਇਓ ਘਟ ਕੇ ਮਾਹ, ਕਰਨ ਹਾਰ ਕੋ ਕਿਛ ਅਚਰਜ ਨਾ। ਸਮੁੰਦਰ ਰੂਪ ਪਰਮਾਤਮਾ ਦਾ ਗਿਆਨ ਸਾਡੇ ਹਿਰਦੇ ਵਿੱਚ ਸਮਾਇਆ, ਇਹ ਕੁਛ ਪਰਮੇਸ਼ੁਰ ਨੂੰ ਅਸਚਰਜ ਨਹੀਂ ਹੈ। ਕਠਨ ਤਾਂ ਸੀ ਸੁਗਮਤਾ ਹੋਣਾ, ਕੁਛ ਅਸਚਰਜ ਨਹੀਂ। ਜੋ ਛੂਟੋ ਤੋ ਜਾਏ ਪਿਆਰ, ਜੋ ਕਾਢਿਓ ਤੋ ਨਦਰ ਨਿਹਾਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਜਬ ਇਹ ਜੀ ਪਰਮੇਸ਼ੁਰ ਤੋਂ ਵਿਛੜਿਆ ਹੋਇਆ ਸੀ ਤਾਂ ਪਤਾਲ ਵਿੱਚ ਜਾਂਦਾ ਸੀ, ਜਬ ਕਿਰਪਾ ਰੇਟੀ ਤੋਂ ਨੀਚ ਗਤੀ ਤੋਂ ਕੱਢਿਆ, ਬਹਾ ਪਕੜ ਗੁਰ ਕੱਢਿਆ, ਸੋਈ ਉਤਰਿਆ ਪਾਰ ਆਪ ਕੱਢਿਆ, ਤਬ ਦੁੱਖ ਰਹਿਤ ਅਗਿਆਨ ਦੂਰ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ। ਪਾਪ ਪੁਨ ਹਮਰੈ ਵਸਨਾ, ਰਸਕ ਰਸਕ ਨਾਨਕ ਗੁਣ ਗਾਹ। ਪਾਪ ਤੇ ਪੁੰਨ ਕਰਨਾ ਸਾਡੇ ਕੁਝ ਵਸ ਨਹੀਂ, ਅਸੀਂ ਵੀ ਐਸੇ ਪ੍ਰੇਮ ਕਰਕੇ ਪਰਮੇਸ਼ੁਰ ਦੇ ਗੁਣ ਗਾਉਂਦੇ ਹਾਂ, ਨਾਮ ਜਪਦੇ ਹਾਂ। ਰਸਕ ਰਸਕ ਨਾਨਕ ਗੁਣ ਗਾਵੇ। ਰਾਮ ਕਲੀ ਮਹਲਾ ਪੰਜੋ, ਨਾ ਤਨ ਤੇਰਾ ਨਾ ਮਨ ਤੋਹੇ, ਮਾਇਆ ਮੋਹੇ ਵਿਆਪਿਆ ਤੋਹੇ। ਇਹ ਪਿਆਰੀ
ਤੇਰਾਂ ਤੋਂ ਇਹ ਅਸਤੂਤ ਸਰੀਰ ਵੀ ਨਹੀਂ ਹੈ। ਮਨੁੱਖ ਕਹਿੰਦਾ ਇਹ ਤਨ ਮੇਰਾ, ਇਹ ਤਨ ਵੀ ਤੇਰਾ ਨਹੀਂ, ਇਹ ਸੂਖਮ ਸਰੀਰ ਤੇਰਾ ਨਹੀਂ, ਨਾ ਤਨ ਤੇਰਾ ਨਾ ਮਨ ਤੇਰਾ। ਤੋ ਤੂੰ ਮਾਇਆ ਦੇ ਮੋਹ ਕਰਕੇ ਛਲ ਵਿੱਚ ਡੁੱਬਿਆ, ਕਿਉਂਕਿ ਮੋਹ ਹੈ ਮਾਇਆ ਦਾ, ਛਲ ਵਿੱਚ ਡੁੱਬ ਗਿਆ ਕੌਣ ਜੋ ਗੁਰਮੁਖ ਨਹੀਂ ਬਣਿਆ, ਗੁਰ ਸ਼ਬਦੀ ਗੁਰਮਤੀਆਂ ਨਹੀਂ ਬਣਿਆ, ਵਿਚਾਰੀ ਨਹੀਂ ਬਣਿਆ। ਮਾਇਆ ਮੋਹੇ ਵਿਆਪਿਆ ਤੋਹੇ, ਕਿਉਂਕਿ ਮਾਇਆ ਦਾ ਮੋਹ, ਮਾਇਆ ਨੇ ਠੱਗ ਬੂਟੀ ਪਾ ਦਿੱਤੀ। ਐਸਾ ਛਲ ਜਿਸ ਮਾਇਆ ਨੇ ਤਿੰਨਾਂ ਲੋਕਾਂ ਨੂੰ ਛਲਿਆ ਹੋਇਆ। ਕੁਦਮ ਕਰੈ ਗਾਡਰ ਜਿਉਂ ਸ਼ੇਰ, ਅਚਿੰਤ ਜਾਲ ਕਾਲ ਚੱਕਰ ਬੇਲ। ਜੀਵ ਕਿਵੇਂ ਕੁੱਦਣਾ ਕਰਦਾ, ਇਸ ਤਰ੍ਹਾਂ ਕੁੱਦਦਾ ਜੈਸੇ ਭੇਡਾਂ ਵਿੱਚ ਛਤਰਾ, ਬੱਕਰੀਆਂ ਵਿੱਚ ਬੱਕਰਾ ਕਲੋਲ ਕਰਦਾ ਹੈ, ਇਸ ਤਰ੍ਹਾਂ ਜੀਵ ਇਹ ਕੁੱਦਦਾ। ਕੁਦਮ ਕਰੈ ਗਾਡਰ ਜਿਉਂ ਸ਼ੇਰ, ਅਚਿੰਤ ਜਾਲ ਕਾਲ ਚੱਕਰ ਬੇਲ। ਪਾਤਸ਼ਾਹ ਫਰਮਾਉਂਦੇ ਕਾਲ ਜੋ ਚੱਕਰ ਵਰਤ ਸਰਬੋਲ ਤੇ ਭਰਮ ਰਿਹਾ ਹੈ, ਕਾਲ ਕਿਤੇ ਦੂਰ ਨਹੀਂ ਨੇੜੇ ਹੀ ਹੈ। ਪ੍ਰੇਰਿਆ ਹੋਇਆ ਅਕਸ਼ ਮਾਤਰ ਜੰਮਦਾ ਜਾਲ ਸਰ ਪਰ ਆ ਜਾਂਦਾ ਹੈ। ਮਨੁੱਖ ਸੋਚਦਾ ਵਿਚਾਰਦਾ ਕੁੱਝ ਕੁੱਝ ਹੋ ਜਾਂਦਾ ਹੈ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਰੱਬ ਕੀ ਉਹ ਰੱਬ ਕਰ ਲੈਂਦਾ ਅਕਸ਼ ਮਾਤਰ, ਕਿਉਂਕਿ ਪਰਿਪੂਰਨ ਪਰਮਾਤਮਾ ਬੜਾ ਬੇਅੰਤ ਹੈ, ਜੋਜੀ ਪ੍ਰੀਤਮ ਹੈ। ਹੁਕਮ ਆਇਆ ਜਾਣਾ ਪੈਣਾ, ਇੱਕ ਦਮ ਦੇ ਆਦਮੀ ਹਾਂ ਆਪਾਂ। ਮਨੁੱਖ ਵੱਡੇ ਦਾਵੇ ਬੰਨਦਾ ਹੈ, ਪਾਤਸ਼ਾਹ ਫਰਮਾਉਂਦੇ ਨੇ ਹਮ ਆਦਮੀ ਹਾਂ ਇੱਕ ਦਮੀ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ ਸਾਵੇ ਕਿ ਨਾ, ਇੱਕ ਦਮ ਦੇ ਆਦਮੀ। ਹਰ ਚਰਨ ਕਮਲ ਸਰਨਾਏ ਮਨਾ, ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵਹੀਂ ਸਾਚ ਤਨੋ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਪਿਆਰਿਓ, ਮਨ ਕਰਕੇ ਹਰੀਏ ਚਰਨ ਕਮਲਾਂ ਦੀ ਛਣ ਵਿੱਚ, ਜੋ ਰਾਮ ਵਾਹਿਗੁਰੂ ਤੇਰੇ ਸੰਗ ਸਹਾਈ ਹੋ ਗਿਆ ਸ਼ਰਨ ਲਵੋ। ਜੇ ਤੁਸੀਂ ਗੁਰੂ ਦੁਆਰੇ ਉਸਦੇ ਨਾਮ ਨੂੰ ਜਪੋਗੇ, ਗੁਰ ਸ਼ਬਦੀ ਗੁਰਮਤੀਏ ਬਣ ਕੇ, ਤੋ ਸੱਚਾ ਧਨ ਪਾ ਲਵੋ। ਇੱਕ ਧਨ ਸੱਚਾ ਇੱਕ ਝੂਠਾ ਹੈ, ਝੂਠਾ ਧਨ ਕਿਹੜਾ, ਜੋ ਦੁਨਿਆਵੀ ਧਨ ਆਪਾਂ ਦੇਖਦੇ ਇਹ ਝੂਠਾ ਧਨ ਹੈ, ਜਿਵੇਂ ਸੋਨਾ ਸੱਚਾ ਵੀ ਹੈ ਝੂਠਾ ਵੀ ਹੈ, ਜੋ ਦੁਨਿਆਵੀ ਹੈ ਝੂਠਾ ਸੱਚਾ। ਉੱਪਰ ਬੜੇ ਪਰਬਤ ਨੇ, ਸੋਨੇ ਦਾ ਪਰਬਤ ਵੀ ਹੈ ਤੇ ਅੰਮ੍ਰਿਤ ਸਰਬ ਦਾ ਹੈ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪਰਬਤ ਤੇ ਗਏ, ਬਖਸ਼ਿਸ਼ਾਂ ਕੀਤੀਆਂ, ਕਿਉਂਕਿ ਇਹ ਝੂਠਾ ਹੈ ਉਹ ਸੱਚਾ ਹੈ, ਇਹ ਧਨ ਦੁਨਿਆਵੀ ਸੱਚਾ ਨਹੀਂ ਝੂਠਾ ਹੈ। ਸੱਚਾ ਧਨ ਕਿਹੜਾ, ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰੂ ਦੀ ਯਾਦ। ਅਖੁੱਟ ਧਨ ਨਖੁੱਟਿਆ ਨਹੀਂ ਜਾਂਦਾ, ਪੂਰੇ ਗੁਰੂ ਨੇ ਬਖਸ਼ਿਆ ਹੈ, ਪਾਤਸ਼ਾਹ ਫਰਮਾਉਂਦੇ ਨੇ।
ਸੱਚੇ ਧਨ ਦੀ ਉਪਾਸ਼ਕ ਬਣੋ। ਸੱਚਾ ਧਨ ਸਮਰੱਥ ਗੁਰੂ ਤੋਂ ਮਿਲਣਾ ਹੈ, ਜੋ ਜਪਦਾ ਉਹ ਜਪਾਉਂਦਾ। ਓ ਨੇ ਕਾਜ ਨਾ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਚੂਰੇ, ਘਟਦੇ ਹੀ ਰਹਿੰਦੇ ਨੇ। ਓਨੇ ਕਾਜ ਨਾ ਹੋਵਤ ਪੂਰੇ, ਕਾਜ ਕਿਸੇ ਦੇ ਵੀ ਪੂਰੇ ਨਹੀਂ ਹੁੰਦੇ ਪਿਆਰੇ, ਮਤ ਕੋਈ ਸੰਸਾਰ ਭਰਮ ਕਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਮਨੁੱਖ ਦੇ ਕਾਰਜ ਅਧੂਰੇ ਰਹਿ ਜਾਂਦੇ ਨੇ। ਅਧੂਰਾ ਜਨਮਿਆ ਅਜੂ ਅਧੂਰਾ ਮ੍ਰਿਤੂ ਹੋ ਗਿਆ, ਕਿਉਂਕਿ ਪੂਰੇ ਦੀ ਸ਼ਰਨ ਹੀ ਨਹੀਂ ਲਈ, ਪੂਰੇ ਨੂੰ ਅਰਾਧਿਆ ਹੀ ਨਹੀਂ। ਪਾਤਸ਼ਾਹ ਫਰਮਾਉਂਦੇ ਨੇ, ਓਨੇ ਕਾਜ ਨਾ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਚੂਰੇ, ਕਿਉਂਕਿ ਕਾਮ ਕ੍ਰੋਧ ਹੰਕਾਰ ਇਹਨਾਂ ਕਰਕੇ ਸਦਾ ਇਹ ਜੀਵ ਝੂਰਦਾ ਰਹਿੰਦਾ ਹੈ, ਵਿਕਾਰਾਂ ਕਰਕੇ ਝੋਰੇ ਵਿਆਪਦੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਕਰੈ ਵਿਕਾਰ ਜੀਅਰੇ ਕਹਿ ਤਾਈ, ਗਾਫਲ ਸੰਗ ਨਾ ਤਸੂਆ ਜਾਈ। ਇਹ ਜੀਵ ਜੋ ਪਾਪ ਕਰਦਾ, ਸੋ ਆਪਣੇ ਇਸਦੇ ਜੀ ਤਾਂ ਹੀ ਪ੍ਰਲੋਕ ਵਿੱਚ ਦੁੱਖ ਰੂਪ ਹੋ ਜਾਂਦੇ ਨੇ ਪਿਆਰੇ। ਮਨੁੱਖ ਪਾਪਾਂ ਨੂੰ ਸਿੰਚਦਾ ਹੈ, ਦਿਨ ਤੇ ਰਾਤ ਬੇਖੌ ਬੇਡਰ ਹੋ ਕੇ ਉਹ ਪਾਪ ਕਰਦਾ ਹੈ, ਪ੍ਰਲੋਕ ਵਿੱਚ ਉਹ ਦੁੱਖ ਰੂਪ ਹੋ ਕੇ ਅੱਗੇ ਆ ਜਾਂਦੇ ਹਨ। ਭੁੱਲ ਹੀ ਜਾਂਦਾ ਕਿ ਨਰਕ ਨੇ ਸਵਰਗ ਨੇ, ਕਿ ਇਹਨਾਂ ਦਾ ਫਲ ਮਿਲੇਗਾ ਉਹ ਯਾਦ ਹੀ ਨਹੀਂ। ਵੇਖੋ ਬੇਡਰ ਹੈ। ਧੰਨ ਧੰਨ ਬਾਬਾ ਈਸ਼ਵਰ ਸਿੰਘ ਮਹਾਰਾਜ ਜੀ ਨੇ, ਬਖਸ਼ਿਸ਼ਾਂ ਕਰਨੀਆਂ, ਸੰਭਲ ਸੰਭਲ ਪਾਪ ਧਰਨਾ ਨਾਲੇ ਡਰਨਾ। ਮੰਜ਼ਲ ਵਾਹੀ ਦੀ ਔਖੀ ਘਾਟੀ, ਬੜੀ ਔਖੀ ਘਾਟੀ, ਸੰਭਲ ਕੇ ਪਾਪ ਧਰੀ, ਡਰ ਤੇ ਭੈ ਵਿੱਚ ਰਹੀ, ਕਿਉਂਕਿ ਤੈਨੂੰ ਉਹ ਦੇਖਦਾ ਹੈ, ਸੁਣਦਾ ਹੈ, ਉਸ ਤੋਂ ਕੁਝ ਲੁਕਿਆ ਛੁਪਿਆ ਨਹੀਂ। ਇੱਕ ਬੋਲ ਵੀ ਬੋਲਦੇ ਹਾਂ ਉਹ ਵੀ ਸੁਣਦਾ ਹੈ ਮੇਰਾ ਵਾਹਿਗੁਰੂ। ਕਰੈ ਵਿਕਾਰ ਜੀਅਰੇ ਕਹਿ ਤਾਈ, ਇਸ ਜੀਵ ਦੇ ਤਾਂ ਹੀ ਕਰਦਾ ਕਿ ਮਨ ਖੁਸ਼ ਹੋ ਜਾਵੇ, ਪਰ ਪ੍ਰਲੋਕ ਵਿੱਚ ਗਿਆ ਦੁੱਖ ਰੂਪ ਹੋ ਜਾਂਦੇ ਨੇ। ਜੀਵ ਨੇ ਤਾਂ ਹੀ ਵਿਕਾਰ ਕਰਦਾ, ਇਹ ਜੋ ਜੀਵ ਭੁੱਲਿਆ ਹੋਇਆ ਗਾਫਲ ਹੈ। ਇਹ ਸਾਧ ਤੋਂ ਦੋ ਫੁੱਲ ਜਿਸਨੂੰ ਐਂਚੀ ਕਹਿੰਦੇ ਨੇ, ਤਸੂਆ, ਇਤਨਾ ਵੀ ਕੁਝ ਜਾਣਾ ਨਾਲ ਨਹੀਂ ਜਾਣਾ, ਗਾਫਲ ਸੰਗਨਾ ਤਸੂਆ ਜਾਈ, ਦੇ ਫੁੱਲ ਨੂੰ ਐਂਚੀ ਕਹਿੰਦੇ ਨੇ, ਇਤਨਾ ਵੀ ਕੁਝ ਸਾਥ ਨਹੀਂ ਜਾਣਾ ਪਿਆਰੇ। ਉਹ ਧਰਤ ਤੋ ਅਨਕ ਸਲ ਜਾਨ, ਕੌਡੀ ਕੌਡੀ ਕੋ ਖਾਕ ਸਿਰ ਸ਼ਨ, ਡਗੇ ਬਾਜ਼ੀਆਂ ਜੋ ਠੱਗੀਆਂ ਮਾਰਨੀਆਂ, ਝੂਠ ਬੋਲਣਾ, ਚੋਰੀ ਕਰਨੀ, ਇਹ ਧਾਰਨ ਕਰਦਾ ਹੈ ਧਰੋਹ ਦਗੇ ਬਾਜ਼ੀ, ਅਨੇਕ ਛਲਾਂ ਦਾ ਕਰਨਾ ਜਾਣਦਾ ਹੈ, ਬੜਾ ਛਲੀਆ ਹੈ। ਪਾਤਸ਼ਾਹ ਫਰਮਾਉਂਦੇ ਨੇ, ਧਾਰਤ ਧੋ ਅਨਕ ਛਲ ਜਾਨ, ਕੌਡੀ ਕੌਡੀ ਕੋ ਖਾਕ ਸਿਰ ਛਾਨ, ਕੌਡੀ ਕੌਡੀ ਦੇ ਵਾਸਤੇ ਸਿਰ ਪਰ ਖਾਕ ਛਾਣਦਾ ਫਿਰਦਾ, ਇੱਕ ਕੌਡੀ ਮਾਇਆ ਧਨ ਬਦਲੇ। ਜਿਨ੍ਹਾਂ ਦੀ ਆਤ ਸੈਨਾ ਚੇਤੈ ਮੂਲ, ਮਿਥਿਆ ਲੋਭ ਨਾ ਉਤਰੈ ਸੂਲ,
ਜਿਸ ਪਰਿਪੂਰਨ ਪਰਮਾਤਮਾ ਨੇ ਖਾਣ ਪਾਣ ਪਹਿਰਾਣ ਬਖਸ਼ਿਆ ਦਿੱਤਾ, ਤਿਸ ਨੂੰ ਤਾਂ ਕਦਾਚਿਤ ਯਾਦ ਹੀ ਨਹੀਂ ਕਰਦਾ, ਚਿੰਤਨ ਨਹੀਂ ਕਰਦਾ, ਕਦੇ ਜਪਦਾ। ਝੂਠੇ ਪਦਾਰਥਾਂ ਦੇ ਲੋਭ ਦੇ ਵਿੱਚ, ਲੋਭ ਦੀ ਪੀੜਾ ਤੋਂ ਮਨ ਤੇ ਉਤਰਦੀ ਹੀ ਨਹੀਂ, ਕਿਉਂਕਿ ਲੋਭੀ ਪੁਰਸ਼ ਦਾ ਵਸਾ ਨਹੀਂ ਹੁੰਦਾ। ਪਿਆਰਿਓ, ਲੋਭੀ ਪੁਰਸ਼ ਤੁਸ਼ ਮਾਇਆ ਧਨ ਪਦਾਰਥਾਂ ਬਦਲੇ ਆਪਣਿਆਂ ਦਾ ਘਾਤ ਕਰ ਦਿੰਦਾ ਹੈ। ਜਗਤ ਵਿੱਚ ਵਰਤਾਰੀ ਵਰਤਦੇ ਨੇ। ਸਤਿਗੁਰਾਂ ਦੇ ਪਾਵਨ ਬਚਨ ਵੀ ਨੇ ਕਿ ਲੋਭੀ ਦਾ ਕਦੇ ਭਰੋਸਾ ਨਾ ਕਰਿਓ। ਲੋਭੀ ਕਾ ਵੈ ਸਾਹੋ ਨਾ ਕੀਚੈ ਜੀ ਕਾ ਪਾਦ ਵਸਾਏ, ਅੰਤ ਕਾਲ ਤਿੱਥੈ ਧੋ ਹੈ ਜਿੱਥੈ ਹੱਥ ਨਾ ਪਾਏ। ਲੋਭੀ ਦਾ ਕੋਈ ਵਸਾ ਭਰੋਸਾ ਨਹੀਂ, ਕਿਉਂਕਿ ਲੋਭ ਹੈ ਪਾਤਸ਼ਾਹ ਫਰਮਾਉਂਦੇ ਹੋ ਅਨੇਕਾਂ ਛਲ ਜਾਣਦਾ ਹੈ। ਕ੍ਰੋਧੀ ਹੈ ਛਲੀਆ ਹੈ ਧਲ ਤੋ ਅਨਕ ਛਲ ਜਾਂਦਾ, ਕੌਡੀ ਕੌਡੀ ਕੋ ਖਾਕ ਛਿਰ ਛਾਂਦਾ। ਜਿਨ ਦੀਆ ਤਿਸੈ ਨਾ ਚੇਤੈ ਮੂਲ, ਮਿਥਿਆ ਲੋਭ ਨਾ ਉਤਰੈ ਸੋ। ਉਹ ਸਦੀਵੀ ਦੁਖੀ ਹੀ ਰਹਿੰਦਾ ਹੈ। ਭਾਵੇਂ ਪਦਾਰਥ ਨੇ, ਧਨ ਹੈ, ਪ੍ਰਭਤਾ ਹੈ, ਪਰ ਮਨ ਕਰਕੇ ਉਹ ਦੁਖੀ ਹੈ, ਸੁਖੀ ਨਹੀਂ। ਪਾਰ ਬ੍ਰਹਮ ਜਬ ਭਏ ਦਇਆਲ, ਇਹੋ ਮਨ ਹੋਆ ਸਾਰ ਵਾਲ। ਪਰਿਪੂਰਨ ਪਰਮਾਤਮਾ ਜਦੋਂ ਦਿਆਲ ਹੋਇਆ, ਕਿਰਪਾਲੂ ਹੋਇਆ, ਤਾਂ ਬੇਮਨ ਸੰਤਾਂ ਦੀ ਧੂੜ ਹੋ ਗਿਆ। ਹਲਤ ਕਮਲ ਲੜ ਲੀਨੋ ਰਾਏ, ਨਾਨਕ ਸਾਚੈ ਸੋਚ ਸਮਾਏ। ਇਸਦੇ ਸਿਰ ਪਰ ਮੇਰੇ ਵਾਹੇ ਗੁਰੂ ਗੁਰੂ ਨਾਨਕ ਨੇ ਹੱਥ ਕਮਲ ਰੱਖ ਕੇ ਆਪਣੇ ਆਸ ਦੇ ਲਾ ਲਿਆ। ਸਮਦੱਤ ਗੁਰੂ ਸਿਰ ਹੱਥ ਧਰੇ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਸਮਰੱਥ ਗੁਰੂ ਨੇ ਸੀਸ ਤੇ ਹੱਥ ਰੱਖਿਆ, ਉਹ ਪੁੱਛ ਸੱਚਾ ਰੂਪ ਹੋ ਕੇ ਸੱਚੇ ਪਰਮੇਸ਼ੁਰ ਦੇ ਵਿੱਚ ਸਮਾ ਗਿਆ, ਇੱਕ ਹੋ ਗਏ। ਰਾਮ ਕਲੀ ਮਹੱਲਾ ਪੰਜੋਂ, ਰਾਜਾ ਰਾਮ ਕੀ ਸਰਣਾਏ, ਨਿਰਭਉ ਭਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁਖ ਜਾਏ ਆਵਾ। ਰਾਜਾ ਰਾਮ ਕੀ ਸਰਣਾਏ, ਜੋ ਰਾਜਾ ਰਾਮ ਦੀ ਛੱਡ ਹੋਏ ਨੇ। ਸੋ ਗੋਬਿੰਦ ਦੇ ਗੁਣ ਗਾਉਂਦੇ ਜੰਮ ਤੋਂ ਨਿਰਭਉ ਹੋ ਗਏ, ਇਹਨਾਂ ਦਾ ਸੰਤਾਂ ਦੇ ਸੰਗ ਕਰਕੇ ਅਗਿਆਨ ਦੁੱਖ ਚਲਾ ਗਿਆ। ਜਾ ਕੇ ਰਾਮ ਵਸੈ ਮਨ ਮਾਹੀ, ਸੋ ਜਨ ਦੁੱਤਰ ਪੇਖਤ ਨਾਹੀ। ਜਿਹਦੇ ਮਨ ਵਿੱਚ ਰਾਮ ਵਸਦਾ ਹੈ, ਉਹ ਪੁਰਸ਼ ਸੰਸਾਰ ਸਮੁੰਦਰ ਨੂੰ ਦੁਸੱਤਰ ਨਹੀਂ ਦੇਖਦਾ, ਉਹ ਸੁਗਮ ਹੋ ਜਾਂਦਾ ਹੈ। ਸਗਲੇ ਕਾਜ ਸਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਜਪਨ। ਜਿਸਨੇ ਆਪਣੇ ਸਭ ਕੰਮ ਸਵਾਰ ਲਏ ਪਿਆਰੇ, ਉਹ ਪਰਮੇਸ਼ੁਰ ਦੇ ਨਾਮ ਹਰ ਵੇਲੇ ਰਸਨਾ ਦੁਆਰਾ ਨਿਤ ਜਪਦਾ ਹੈ। ਜਿਸ ਕੈ ਮਸਤਕ ਹਾਥ ਗੁਰ ਧਰੈ, ਸੋ ਦਾਸ ਅੰਦੇਸਾ ਕਾਹੇ ਕਰੈ। ਜਿਸਦੇ ਸਿਰ ਪਰ ਗੁਰੂ ਸਮਰੱਥ ਹੱਥ ਧਰ ਦਵੇ, ਸੋ ਦਾਸ ਸੰਸਾ ਕਿਉਂ ਕਰੇ, ਨਹੀਂ ਕਰਦਾ।
ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ। ਜਿਨ੍ਹਾਂ ਦੀ ਕਿਰਪਾ ਤੇ ਜਨਮ ਮਰਨ ਦੀ ਕਨੌੜ ਦੂਰ ਹੋ ਗਈ, ਕਹਿੰਦੇ ਪੂਰੇ ਗੁਰੂ ਕੁਰਬਾਨ ਜਾਂਦੇ। ਗੁਰ ਪਰਮੇਸ਼ਰ ਭੇਟ ਨਿਹਾਲ, ਸੋ ਦਰਸਨ ਪਾਏ ਜਿਸ ਹੋਏ ਦਿਆਲ। ਗੁਰੂ ਦੁਆਰੇ ਪਰਮੇਸ਼ੁਰ ਨੂੰ ਮਿਲ ਕੇ ਅਗਿਆਨ ਦੁੱਖ ਤੋਂ ਰਹਿਤ ਹੋ ਜਾਏਗਾ, ਪਰੰਤੂ ਗੁਰੂ ਦਾ ਦਰਸ਼ਨ ਉਹ ਪਾਉਂਦਾ ਜਿਸ ਪਰ ਪਰਮੇਸ਼ੁਰ ਦਿਆਲ ਹੁੰਦਾ। ਪਾਰ ਬ੍ਰਹਮ ਜਿਸ ਕਿਰਪਾ ਕਰੈ, ਸਾਧ ਸੰਗ ਸੋ ਭਵ ਜਲ ਤਰੈ। ਜਿਸ ਦੇ ਉੱਪਰ ਪਰਮੇਸ਼ੁਰ ਕਿਰਪਾ ਕਰਦਾ ਸੋ ਹੀ ਸਾਧ ਸੰਗ ਦੁਆਰਾ ਸੰਸਾਰ ਸਮੁੰਦਰ ਤੋਂ ਪਿਆਰੀ ਉਹ ਤਰ ਜਾਂਦਾ। ਅੰਮ੍ਰਿਤ ਪੀਵੋ ਸਾਧ ਪਿਆਰੇ, ਮੁਖ ਉਜਲ ਸਾਚੈ ਦਰਬਾਰੇ। ਇਹ ਪਿਆਰਿਓ, ਸੰਤਾਂ ਦੇ ਸਾਥ ਮਿਲ ਕੇ ਨਾਮ ਅੰਮ੍ਰਿਤ ਨੂੰ ਪੀਵੋ ਅਤੇ ਸੱਚੇ ਦਰਬਾਰ ਵਿੱਚ ਮੁੱਖ ਉਜਲ ਹੋਵੇ, ਸੁਰਖਰੂ ਹੋ ਜਾਵੋ। ਆਨੰਦ ਕਰੋ ਤਜ ਸਗਲ ਵਿਕਾਰ, ਨਾਨਕ ਹਰ ਜਪ ਉਤਰੋ ਪਾਰ। ਸੰਪੂਰਨ ਵਿਸ਼ਿਆਂ ਨੂੰ ਤਿਆਗ ਦਵੋ, ਤਿਆਗੋ ਵਿਸ਼ਿਆਂ ਵਿਕਾਰਾਂ ਨੂੰ, ਆਨੰਦ ਦਾ ਭੋਗਣਾ ਕਰੋ, ਕਿਉਂਕਿ ਆਨੰਦ ਸਮਰੱਥ ਗੁਰੂ ਤੋਂ ਮਿਲਦਾ ਹੈ। ਪਿਆਰੀਓ, ਇਹ ਵਿਸ਼ਿਆਂ ਵਿਕਾਰਾਂ ਦਾ ਰਸ ਤੁਸੀਂ ਆਨੰਦ ਖਿੰਨ ਮਾਤਰ ਹੈ, ਪਰ ਸੱਚਾ ਆਨੰਦ ਮੇਰੀ ਵਾਕੀ ਗੁਰੂ ਦੀ ਬਖਸ਼ਿਸ਼ ਕਿਰਪਾ। ਜਦੋਂ ਇਹਨਾਂ ਵਿਕਾਰਾਂ ਨੂੰ ਤਿਆਗੋਗੇ ਫਿਰ ਆਨੰਦ ਆਵੇਗਾ, ਰਸ ਆਵੇਗਾ, ਅਤਿ ਅੰਗ ਸੁਖ ਪਾਵੋ। ਪਾਤਸ਼ਾਹ ਪਰਮਾਉਂਦੇ ਨੇ, ਵਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ ਬਿਨ ਰਸ ਚਾਖੇ, ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ। ਇਹਨਾਂ ਰਸਾਂ ਵਿੱਚ ਸੁੱਖ ਨੇ, ਘਣੇ ਦੁੱਖ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵੈ। ਇੱਕ ਨਿਮਖ ਦੇ ਕਾਮ ਦੇ ਬਦਲੇ, ਰਸ ਦੇ ਬਦਲੇ ਖੇ ਮਨੁੱਖ ਕਰੋੜਾਂ ਦਿਨ ਦੁੱਖ ਹੈ, ਯਾਦ ਕਰ ਜਾਂਦ ਰੱਖ। ਕਿਉਂਕਿ ਗੁਰੂ ਦੀ ਬਾਣੀ ਤਿੰਨ ਕਾਲ ਸਤ ਹੈ, ਘੜੀ ਬਹੁਤ ਰੰਗ ਮਾਣੇ ਫਿਰ ਬਹੁਤ ਬਹੁਤ ਪਛਤਾਵਾ, ਫਿਰ ਪਛਤਾਉਂਦਾ ਤੇ ਰੋਂਦਾ ਹੈ, ਪਰ ਫਿਰ ਪਛਤਾਇਆ ਉਹ ਵੇਲਾ ਨਹੀਂ ਹੱਥਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਮੂਲ ਨਾ ਕਰ, ਬਾਅਦ ਵਿੱਚ ਪਛਤਾਉਣਾ ਤੇ ਰੋਣਾ ਪੈ ਜਾਵੇ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਆਨੰਦ ਕਰੋ ਤਜ ਸਗਲ ਵਿਕਾਰ, ਇੱਕ ਦੋ ਵਿਕਾਰ ਨਹੀਂ ਆਖਿਆ, ਸਭ ਵਿਕਾਰਾਂ ਨੂੰ ਤਿਆਗ ਦੇ ਛੱਡ ਦੇ, ਆਨੰਦ ਲਵੇਗਾ, ਰਸ ਭੋਗੇਗਾ, ਸੁੱਖ ਪਾਵੇਗਾ। ਨਾਨਕ ਹਰ ਜਪ ਉਤਰੋ ਪਾਰ, ਜਪੇਗਾ ਪਰਮੇਸ਼ੁਰ ਦੇ ਨਾਮ ਨੂੰ ਨਿਤ ਦਾ ਨੇਮੀ ਬਣ, ਭਵ ਸਾਗਰ ਤੋਂ ਪਾਰ ਹੋ ਜਾਵੇਗਾ। ਰਾਮ ਕਲੀ ਮਹੱਲਾ ਪੰਜੋ, ਈ ਤਨ ਤੇ ਮੈਂ ਸੰਤਰ ਭਾਗ, ਮਾਟੀ ਕੋ ਜਲ ਦਹਿ ਦਿਸ ਤਿਆਗੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ, ਪੰਜਵੇਂ ਗੁਰੂ ਨਾਨਕ,
ਪਰਿਪੂਰਨ ਪਰਮਾਤਮਾ ਦੀ ਸਮਰੱਥਾ ਦਿਖਾਉਂਦੇ ਨੇ। ਕੈਸਾ ਸਮਰੱਥ ਹੈ ਜੋ ਜੀਵਰੀ ਈ ਧਨ ਤੇ ਵੈ ਸੰਤ ਪਾਗ। ਲੱਕੜੀਆਂ ਵਿੱਚ ਅਗਨੀ ਹੈ ਤੂ ਜਿਸ ਦੀ ਪੈ ਕਰਕੇ ਤਿੰਨਾਂ ਦੇ ਜਲਾਵਣੇ ਸੀ ਭੱਜਦਾ ਹੈ ਜਲਾਉਂਦਾ ਲੱਕੜੀਆਂ ਦੇ ਵਿੱਚ ਅਗਨੀ ਹੈ ਤੂੰ ਜਿਸ ਦੇ ਭੈ ਕਰਕੇ ਭੈ ਕਿਸ ਦਾ ਪਰਮੇਸ਼ਰ ਦਾ ਹੈ ਅਗਨੀ ਨੂੰ ਲੱਕੜੀਆਂ ਨੂੰ ਜਲਾਉਂਦਾ ਅਗਨ ਦੇ ਵਿੱਚ ਲੱਕੜੀਆਂ ਦੇ ਵਿੱਚ ਹੈ ਪਰ ਭੈ ਹੈ ਪਰਮੇਸ਼ਰ ਦਾ ਮੇਰੇ ਵਾਹੇ ਗੁਰੂ ਡਰ ਹੈ ਜਲਾਉਂਦਾ ਮਾਟੀ ਰੂਪ ਜੋ ਪ੍ਰਿਥਵੀ ਹੈ ਜਿਸ ਦੇ ਦਸੋਂ ਦਿਸ਼ਾ ਵਿੱਚ ਜਲ ਦਸ ਹਿੱਸੇ ਜ਼ਿਆਦਾ ਹੈ ਇਸ ਮਿੱਟੀ ਦਸ ਹਿੱਸੇ ਜ਼ਿਆਦਾ ਜਲ ਦਸੋਂ ਦਿਸ਼ਾ ਜਲ ਦਸ ਹਿੱਸੇ ਜ਼ਿਆਦਾ ਤੁਸੀਂ ਤੂੰ ਛੱਡ ਰਿਹਾ ਗਾਲਦਾ ਕਾਰਨ ਕਿਉਂ ਨਹੀਂ ਗਾਲਦਾ ਕਿਉਂਕਿ ਭੈ ਹੈ ਮੇਰੇ ਵਾਹੇ ਗੁਰੂ ਪਰਮੇਸ਼ਰ ਦਾ ਡਰ ਵਿੱਚ ਹੈ ਭੈ ਵਿੱਚ ਹੈ ਕਿਉਂਕਿ ਉਸ ਦਾਤੇ ਦਾ ਇੰਨਾ ਨੂੰ ਵੀ ਭੈ ਹੈ ਸਮੁੰਦਰ ਜਲ ਨੂੰ ਭੈ ਹੈ ਅਗਨੀ ਨੂੰ ਭੈ ਹੈ ਉਪਰ ਚਰਨ ਤਲੈ ਆਕਾਸ ਘਟ ਮਹਿ ਸਿੰਧ ਕੀ ਉਪਰ ਗਾਸ ਜੋ ਬਿਰਸ਼ ਦੇ ਡਾਲੇ ਰੂਪ ਚਰਨ ਨੇ ਉਹ ਚਰਨ ਨੇ ਡਾਲੇ ਬਿਰਸ਼ ਦੇ ਸੋ ਉੱਪਰ ਰਹਿੰਦੇ ਨੇ ਚਰਨ ਆਕਾਸ਼ ਉੱਪਰ ਰਹਿਣ ਵਾਲਾ ਸੇ ਰੂਪ ਜੋ ਮੁੱਢ ਹੈ ਸੋ ਨੀਚੇ ਰਹਿੰਦਾ ਮੁੱਢ ਘੱਟ ਜੋਨੀ ਅਗਸਤ ਰਿਸ਼ੀ ਨੇ ਘੱਟ ਵਿੱਚ ਸਰੀਰ ਵਿੱਚ ਸਮੁੰਦਰ ਦਾ ਪ੍ਰਕਾਸ਼ ਕੀਤਾ ਹੈ ਅਗਸਤ ਕੀ ਆਪਣੇ ਤਨ ਵਿੱਚ ਹੀ ਸਮੁੰਦਰ ਨੂੰ ਸਮਾ ਗਿਆ ਅਗਸਤ ਰੇਖੀ ਐਸੇ ਰੇਖੀ ਜਗਤ ਵਿੱਚ ਹੋਏ ਜਾਂਦੇ ਆ ਮਹਾਤਮਾ ਪਾਣ ਕਰ ਈ ਤਨ ਬਾਲਣ ਰੂਪ ਗਰਭ ਨਿਵਾਸੀ ਬਾਲਕੋਂ ਦੀਆਂ ਹਸਤੀਆਂ ਤੇ ਜਠਰਾ ਅਗਨੀ ਰੂਪ ਸੰਤਰ ਭੱਜਦਾ ਹੈ ਕਿਉਂਕਿ ਬਾਲਕ ਮਾਤਾ ਦੇ ਗਰਭ ਦੇ ਵਿੱਚ ਹੈ ਜਠਰ ਅਗਨੀ ਹੈ ਪਰ ਅਗਨੀ ਸਪਰਸ਼ ਨਹੀਂ ਕਰ ਸਕਦੀ ਕੋਈ ਕਸ਼ਟ ਨਹੀਂ ਦੇ ਸਕਦੀ ਪਰਮੇਸ਼ੁਰ ਤਾਂ ਭੈ ਤੇ ਡਰ ਹੈ ਬਾਲਕ ਦੀਆਂ ਹਸਤੀਆਂ ਤੇ ਜਠਰਾ ਅਗਨੀ ਰੂਪ ਸੰਤਰ ਉਹ ਅਗਨੀ ਭੱਜਦਾ ਜਲਾ ਨਹੀਂ ਸਕਦਾ ਮਾਣੀ ਰੂਪ ਕੰਬਲ ਸਰੀਰ ਨੂੰ ਗਰਭ ਵਿੱਚ ਗਾਲ ਨਹੀਂ ਸਕਦਾ ਜਿਸਦਾ ਬਾਲਕੀ ਉੱਪਰ ਚੜ੍ਹਨ ਹੁੰਦੇ ਨੇ ਬਾਲਕੀ ਦੀ ਉੱਪਰ ਚੜ੍ਹਨ ਨੇ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਦਾ ਹੈ ਬਾਲ ਤਲੇ ਸੀਸ ਹੁੰਦਾ ਹੈ ਜਿਸ ਬਾਲਕੇ ਦੇ ਹਿਰਦੇ ਵਿੱਚ ਕਿਰਪਾ ਬ੍ਰਹਮ ਨੇ ਪ੍ਰਕਾਸ਼ ਕੀਤਾ ਹੋਇਆ ਕਿਰਪਾ ਬ੍ਰਹਮ ਪਰਮਾਤਮਾ ਨੇ ਪ੍ਰਕਾਸ਼ ਕੀਤਾ ਪਾਤਸ਼ਾਹ ਇਹ ਵੀ ਫਰਮਾਉਂਦੇ ਨੇ ਮਹਾਂਪੁਰਸ਼ ਵੀ ਜੋ ਮਹਾਤਮਾ ਨੇ ਬਚਨ ਕਹਿੰਦੇ ਨੇ ਕਿ ਪਿਛਲੇ ਸੌ ਜਨਮਾਂ ਦੀ ਖਬਰ ਦਿੱਤੀ ਪਿਛਲੇ ਸੌ ਜਨਮ ਕੈਸਾ ਉਹ ਮਾਲਕ ਉਸ ਬਾਲਕ ਨੂੰ ਇਹ ਸੋਝੀ ਹੈ ਕਿ ਪਿਛਲੇ ਮੈਂ ਕਿਹੜੇ ਕਿਹੜੇ ਜਨਮ ਪਾਏ ਕਿਉਂਕਿ ਲਿਵ ਲੱਗੀ ਹੈ ਜਪਦਾ ਹੈ ਪਰਮੇਸ਼ੁਰ ਦਾ ਪ੍ਰਕਾਸ਼ ਹੈ ਇਸਦੇ ਇਹ ਸਭ ਸਮਰੱਥਾ ਪਰਮੇਸ਼ੁਰ ਦੀ ਹੈ ਵਾਹਿਗੁਰੂ ਦੀ
ਐਸਾ ਸਮਰਥ ਹਰ ਜੀਓ ਆਪ ਨਿਮਖ ਨਾ ਬਿਸਰੈ ਜੀ ਭਗਤਨ ਕੈ ਆਠ ਪਹਿਰ ਮਨ ਤਾ ਕੋ ਜਾਵੋ ਹਰ ਜੀਓ ਜੋ ਆਪ ਸੋ ਐਸਾ ਸਮਰੱਥ ਹੈ ਮੇਰਾ ਵਾਹ ਸਭਨਾ ਗੱਲਾਂ ਸਮਰੱਥ ਸੁਆਮੀ ਪਾਤਸ਼ਾਹ ਫਰਮਾਉਂਦੇ ਨੇ ਸਭਨਾ ਗੱਲਾਂ ਕਰ ਇੱਕ ਦੋ ਨੀ ਸਭ ਸੋ ਕਿਉਂ ਮਨੋ ਵਸਾਰੇ ਕਿਉਂ ਨਾ ਜਪੀਏ ਕਿਉਂ ਨਾ ਰਾਧੀਏ ਕਿਉਂ ਭੁਲਾਉਣਾ ਸੋ ਭਗਤਾਂ ਦੇ ਮਨ ਚ ਇੱਕ ਨਿਮਖ ਮਾਤਰ ਨਹੀਂ ਮਿਲ ਸਕਦਾ ਜੋ ਭਗਤ ਨੇ ਜਪਦੇ ਨਿਮਖ ਮਾਤਰ ਵੀ ਵਿਸਰਦਾ ਨਹੀਂ ਭੁੱਲਦਾ ਹੇ ਪਿਆਰੇ ਤੂੰ ਅੱਠੇ ਪੈਰ ਇਸਨੂੰ ਜਪ ਨਿਮਖ ਨਾ ਵਿਸਰੈ ਜੀ ਭਗਤ ਨਕੈ ਆਠ ਪੈਰ ਮਨ ਤਾਂ ਕੋ ਜਾਪ ਦਿਨ ਰਾਤ ਜਪ ਪ੍ਰਿਥ ਮੈਂ ਮਾਖਣ ਪਾਛੈ ਦੂਧ ਮੈਂ ਮੈਲ ਕੀਨੇ ਸਾਬਨ ਸੂਦ ਪ੍ਰਿਥ ਮੈਂ ਮਾਖਣ ਪਾਛੈ ਦੂਧ ਮੈਲ ਕੀਨੇ ਸਾਬਨ ਸੂਦ ਬਾਲਕੀ ਦੇ ਜਨਮ ਸੇ ਪਹਿਲੇ ਮੱਖਣ ਸਮ ਜੋ ਗਾੜਾ ਦੁੱਧ ਸੀ ਜਨਮ ਤੋਂ ਪਹਿਲਾਂ ਬਾਲਕ ਦਾ ਜਦੋਂ ਜਨਮ ਹੋਇਆ ਮਗਰੋਂ ਸੀ ਮਾਤਾ ਦੇ ਥਣਾਂ ਸੀ ਪਤਲਾ ਹੋ ਗਿਆ ਸਰ ਦੁੱਧ ਰੂਪ ਹੋ ਕੇ ਨਿਰਸਣ ਲੱਗਦਾ ਹੈ ਕਿਉਂਕਿ ਪਰਮੇਸ਼ੁਰ ਦੀ ਕੈਸੀ ਬਖਸ਼ਿਸ਼ ਰਹਿਮਤ ਹੈ ਕੈਸਾ ਉਹ ਸਮਰੱਥ ਹੈ ਉੱਤਰ ਪ੍ਰੀਖ ਵਿੱਚ ਮੈਲਾ ਰਹਿੰਦਾ ਸੀ ਸੋ ਜੈਸੇ ਸਾਬਣ ਸੇ ਕੱਪੜਾ ਸ਼ੁੱਧ ਹੋ ਜਾਂਦਾ ਹੈ ਐਸੇ ਸ਼ੁੱਧ ਕੀਤਾ ਹੋਇਆ ਨਵਾ ਲਈ ਮੈਲ ਕੀ ਨੀ ਸਾਬਣ ਸੋ ਭੈ ਤੇ ਨਿਰਭਉ ਡਰਤਾ ਫਿਰੈ ਹੋਂਦੀ ਕੋ ਅਣ ਹੋਂਦੀ ਗਿਰੈ ਜਿਸਦੇ ਭੈ ਕਰਕੇ ਗਰਭ ਵਿੱਚ ਡਰਦਾ ਸੀ ਜਨਮ ਦੇ ਤਿਸ ਤੇ ਨਿਰਭੈ ਫਿਰਦਾ ਹੋਂਦੀ ਜੋ ਹੈ ਬਿਸ ਤੋਂ ਤਿਸ ਨੂੰ ਅਣਹੋਂਦੀ ਦੇਖਦਾ ਹੋਂਦੀ ਜੋ ਸੀ ਗਿਆਤ ਮਾਤਾ ਦੇ ਗਰਭ ਤਿਸ ਨੂੰ ਅਣਹੋਂਦੀ ਦੇਖਦਾ ਤਿਸ ਗਿਆਤੀ ਨੂੰ ਭੁਲਾ ਦਿੰਦਾ ਹੈ ਭੁੱਲ ਗਿਆ ਪਾਤਸ਼ਾਹ ਫਰਮਾਉਂਦੇ ਨੇ ਦੇਹੀ ਗੋਪਤ ਦੇਹੀ ਦੀਸੈ ਸਗਲੇ ਸਾਜ ਕਰਤ ਜਗ ਦੀਸੈ ਜੋ ਜੀਵ ਦਾ ਵਾਸਤਵ ਰੂਪ ਹੈ ਸੋ ਤਾਂ ਗੁਪਤ ਹੀ ਹੋ ਰਿਹਾ ਪਿਆਰੇ ਉਹ ਵਾਸਤਵ ਰੂਪ ਨਹੀਂ ਦਿਖਾਈ ਦਿੰਦਾ ਉਹ ਗੁਪਤ ਜਿਸ ਨੂੰ ਤੂੰ ਜਾਣਦਾ ਅਖੀਰ ਨਹੀਂ ਵਧੇਹੀ ਵਿਸ਼ੇਸ਼ ਕਰਕੇ ਜੋ ਦੇਹ ਭਾਵ ਸੋ ਆਪਣੇ ਆਪ ਵਿੱਚ ਦੇਖਦਾ ਆਪ ਕੋ ਸਰੀਰ ਮੰਨਦਾ ਸਰਬ ਸਾਜ ਕਰਦਾ ਈਸ਼ਵਰ ਹੈ ਅਮਾਨੀ ਹੋ ਕੇ ਆਪਣੇ ਕੀਤੇ ਹੋਏ ਮੰਨਦਾ ਕਿ ਮੈਂ ਕੀਤੇ ਨੇ ਭੁੱਲ ਗਿਆ ਕਿਉਂਕਿ ਪਿਆਰੀ ਉਹ ਮਨੁੱਖ ਤਾਂ ਕੁਝ ਕਰਨ ਵਾਲਾ ਹੀ ਪਰਮੇਸ਼ਰ ਹੈ ਵਾਹਿਗੁਰੂ ਠੱਗਣ ਹਾਰ ਅਣ ਠੱਗਦਾ ਠਾਗੈ ਬਿੰਦ ਵਖਰ ਫਿਰ ਫੇਰੇ ਉੱਠ ਲਾਗੈ ਵਾਸਤਵ ਤੇ ਤੂੰ ਇਹ ਠੱਗਣੀ ਥੀ ਰਹੇ ਸੀ ਪ੍ਰੰਤੂ ਠੱਗਣ ਹਾਰ ਕੌਣ ਨੇ ਇਸ ਨੂੰ ਕੌਣ ਠੱਗਦੇ ਨੇ ਕਾਮ ਕਰੋ ਲੋਭ ਅਹੰਕਾਰੀ ਪੰਜ ਵਿਕਾਰ ਬੜੇ ਯੋਧੇ ਸੂਰਬੀਰ ਨੇ ਇਹਨਾਂ ਵਿਕਾਰਾਂ ਨੇ ਠੱਗ ਲਿਆ ਜੋ ਸਾਲ ਤੇ ਰਹਿਤ ਸੰਸਾਰ ਹੈ ਇਸ ਵਿੱਚ ਵਾਰ ਵਾਰ ਲੱਗ ਸੰਸਾਰ ਦੇ ਵਿਵਹਾਰਾਂ ਵਿੱਚ ਲੱਗਦਾ ਉਦਮ ਕਰਦਾ ਇਹ ਸੋਝੀ ਨਹੀਂ ਗਿਆਨ ਨਹੀਂ
ਝੂਠੀਆਂ ਪਦਾਰਥਾਂ ਦੀ ਮੋਹ ਦੀ ਤੰਦ ਵਿੱਚ ਵੱਜ ਗਿਆ। ਇਹ ਗਿਆਨ ਹੀ ਨਹੀਂ ਕਿ ਕੁਝ ਨਾਲ ਨਹੀਂ ਜਾਣਾ, ਇਹ ਪਦਾਰਥ ਧਨ ਆ, ਉੱਚੇ ਮਹੱਲ ਅਟਾਰੀਆਂ, ਮੇਰੇ ਨਾਲ ਕੁਝ ਨਹੀਂ ਜਾਣਾ। ਪਾਤਸ਼ਾਹ ਫਰਮਾਉਂਦੇ ਨੇ ਸੰਤ ਸਵਾ ਮਿਲ ਕਰੋ ਵਖਿਆਣ, ਸਿਮਰਤ ਸਾਸਤ ਵੀਰ ਪੁਰਾਣ। ਸੰਤਾਂ ਦੀ ਸਭਾ, ਸੰਤ ਸਭਾ ਮਨ ਮਾਜੀ ਹੈ ਭਾਈ ਹਰ ਕਹਿ ਨਾਏ ਨਵਾਸ। ਮਿਲ ਕੇ ਬ੍ਰਹਮ ਦੇ ਸੂਪ ਨੂੰ ਕਥਨ ਕਰ, ਸਿੱਖੀ ਸਿੱਖਿਆ ਗੁਰ ਵਿਚਾਰ ਵਿਚਾਰੀ ਬਣ। ਸੰਤ ਸਭਾ ਮਿਲ ਕਰੋ ਵਖਿਆਣ, ਸੰਤਾਂ ਦੀ ਸਭਾ ਵਿੱਚ ਮਿਲ ਕੇ ਬ੍ਰਹਮ ਦੇ ਸੂਪ ਨੂੰ ਕਥਨ ਕਰ। 27 ਸਿਮਰਤੀਆਂ, 6 ਸ਼ਸਤਰ ਨੇ, 4 ਵੇਦ ਨੇ, 18 ਪੁਰਾਣ ਨੇ, ਸਭ ਕੀ ਕਹਿੰਦੇ ਨੇ? ਪਾਤਸ਼ਾਹ ਫਰਮਾਉਂਦੇ ਨੇ ਵਾਸਤਵ ਦੇ ਜੀਵ ਬ੍ਰਹਮ ਸਰੂਪ ਹੀ ਹੈ, ਕਿ ਇਹ ਮਨੁੱਖ ਬ੍ਰਹਮਕ ਹੈ, ਇਹ ਜੀਵ ਬ੍ਰਹਮਕ ਹੈ, ਬ੍ਰਹਮ ਹੀ ਵਸਰਿਆ ਹੈ। ਜਿਨ੍ਹਾਂ ਦੀ ਉਹ ਅਵਸਥਾ ਬਣ ਗਈ ਉਹਨਾਂ ਨੇ ਦੇਖ ਲਿਆ, ਕਹਿ ਦਿੱਤਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਬ੍ਰਹਮ ਦੀ ਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀ ਹੈ, ਆਤਮ ਪਸਾਦਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀ ਹੈ, ਮੇਰੇ ਵਾਹਿਗੁਰੂ ਤੋਂ ਬਿਨਾਂ ਕੋਈ ਦੂਰ ਨਹੀਂ। ਭਗਤਾਂ ਨੇ ਕਹਿ ਦਿੱਤਾ ਬੋਲਦਾ ਵੀ ਮੇਰਾ ਵਾਹਿਗੁਰੂ ਰਾਮ ਹੈ, ਕੋਈ ਦੂਜਾ ਨਹੀਂ ਬੋਲਦਾ। ਸਭ ਹੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ। ਤੇ ਆਪ ਵੀ ਬੋਲਦਾ, ਬੁਲਾਉਂਦਾ ਵੀ ਆ, ਬੁਲਾਇਆ ਬੋਲੀ ਖਸਮ ਕਾ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੋ ਕਮਾਉਂਦਾ। ਉਹ ਕਮਾਉਂਦਾ ਬੁਲਾਉਂਦਾ ਆਪ, ਕਿਉਂਕਿ ਆਪਾਂ ਤਾਂ ਉਸਦੇ ਹੁਕਮੀ ਬੰਦੇ ਹਾਂ। ਜੀਵ ਸੁਤੰਤਰ ਨਹੀਂ, ਪਤੰਤਰ ਹੈ, ਅਧੀਨ ਹੈ, ਗੁਲਾਮ ਹੈ। ਪਾਤਸ਼ਾਹ ਫਰਮਾਉਂਦੇ ਨੇ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾਂ ਕੀ ਪਰਮਗਤ ਹੋਏ। ਜੋ ਕੋਈ ਬ੍ਰਹਮ ਵਿਚਾਰ ਕਰਕੇ ਆਪਣੇ ਸੂਪ ਨੂੰ ਨਿਸ਼ਚਿਤ ਕਰ ਲਵੇ, ਬ੍ਰਹਮ ਬਿੰਦਾ ਹੈ ਤੇ ਸਦਾ ਬ੍ਰਹਮ ਮਾਤਰ ਹੈ। ਗੁਰੂ ਅਮਰਦਾਸ ਮਹਾਰਾਜ ਜੀ ਬ੍ਰਹਮ ਨੂੰ ਬਿੰਦਿਆ, ਬ੍ਰਹਮ ਨੂੰ ਜਾਣਿਆ, ਉਸਦੀ ਮੱਤ ਵੀ ਬ੍ਰਹਮ ਜੈਸੀ ਹੋ ਗਈ, ਬ੍ਰਹਮ ਗਿਆਨ। ਤਤ ਵੀਤਾ ਉਹ ਮਹਾਤਮਾ, ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮਗਤ ਹੋਏ। ਜੋ ਕੋਈ ਬ੍ਰਹਮ ਵਿਚਾਰ ਕਰਕੇ ਆਪਣੀ ਸੂਪ ਨੂੰ ਨਿਸ਼ਚਿਤ ਕਰੇ ਕਿ ਮੈਂ ਕੀ ਹਾਂ, ਆਇਆ ਕਿੱਥੋਂ, ਜਾਣਾ ਕਿੱਥੇ ਹੈ, ਆਉਣ ਦਾ ਲਕਸ਼ ਪ੍ਰਯੋਜਨ ਮੇਰਾ ਕੀ, ਇਹ ਸਿੱਧ ਹੋ ਜਾਵੇ ਕਿ ਬ੍ਰਹਮ ਹੈ, ਬ੍ਰਹਮ ਦੀ ਅੰਸਰ ਹੈ, ਤਿੰਨਾਂ ਦੀ ਪਰਮ ਗਤੀ ਏਵਲ ਮੁਕਤੀ ਹੋ ਜਾਂਦੀ ਹੈ। ਐਸਾ ਸਮਰੱਥ ਮੇਰਾ ਪਰਿਪੂਰਨ ਪਰਮਾਤਮਾ ਆਪ ਹੈ, ਜੋ ਭਗਤਾਂ ਦੇ ਮਨ ਤੇ ਨਿਮਖ ਮਾਤਰ ਵੀ ਪਿਆਰਿਓ, ਵਿਸਰਦਾ ਨਹੀਂ, ਭੁੱਲਦਾ ਨਹੀਂ, ਉਹ ਸਮਰੱਥ ਆਪ ਹਾਜ਼ਰਾ ਹਜ਼ੂਰ ਹੈ, ਆਪਣੇ ਭਗਤਾਂ ਦੀ ਪੈਜ ਪ੍ਰਤਿਗਿਆ ਆਪ ਰੱਖਦਾ। ਰਾਮ ਕਲੀ ਮਹੱਲਾ ਪੰਜੋ, ਜੋ ਤਿਸ ਭਾਵੈ ਸੋਥੀਆ, ਸਦਾ ਸਦਾ ਹਰ ਕੀ ਸਰਣਾਈ, ਪ੍ਰਭ ਬਿਨ ਨਾਹੀ
ਆਨਬੀਆ ਜੋ ਤਿਸ ਭਾਵੈ ਸੋ ਥੀਆ, ਜੋ ਤਿਸ ਵਾਹੀ ਗੁਰੂ ਨੂੰ ਭਾਉਂਦਾ ਤਿੰਨਾਂ ਕਾਲਾਂ ਵਿੱਚ ਆਉਂਦਾ, ਅਤੇ ਜੋ ਗੁਰਮੁਖ ਉਦੋਂ ਨੇਤਾ ਜਤੀ ਬਤੀ ਗਤੀ ਦੀ ਛੰਡ ਵਿੱਚ ਰਹਿੰਦੇ ਨੇ, ਕਿਉਂਕਿ ਇਹ ਜਾਣਦੇ ਨੇ ਕਿ ਪ੍ਰਭੂ ਬਿਨਾਂ ਹੁਣ ਕੋਈ ਦੂਜਾ ਰੱਖਿਅਕ ਹੀ, ਦੂਜਾ ਕਾਗੇ ਸਿਮਰੀਐ ਜੰਮੇ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਾਨ, ਇੱਕ ਨੂੰ ਸਿਮਰੋ ਜੋ ਜਲਾਂ ਵਿੱਚ ਥਲਾਂ ਵਿੱਚ ਵਿਆਪਕ ਪੈਜ ਵੀ ਰੱਖਦਾ ਹੈ ਪਿਆਰੇ। ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ, ਜਿੱਥੇ ਖਾਰੀ ਆਰਾਧੀ ਹੈ ਤਿੱਥੇ ਹਰ ਮਿੱਤਰ ਸਹਾਈ, ਜਿੱਥੇ ਯਾਦ ਕਰੇਗਾ ਮੇਰਾ ਵਾਹਿਗੁਰੂ ਮਿੱਤਰ ਬਣ ਕੇ ਤੇਰੀ ਸਹਾਇਤਾ ਕਰੇ, ਉਹ ਕਰਦਾ। ਭਗਤ ਪ੍ਰਹਿਲਾਦ ਦੀ ਪੈਜ ਰੱਖੀ, ਕਿਤਨੇ ਯਤਨ ਕੀਤੇ ਅਨਾਕਸ਼ ਨੇ ਮਾਰਨ ਦੇ, ਕੋਈ ਯਤਨ ਵੀ ਸਫਲ ਨਾ ਹੋਇਆ, ਹੋਲਕਾ ਭੂਆ ਸੀ ਅਗਨੀ ਵਿੱਚ ਲੈ ਕੇ ਬੈਠ ਗਏ। ਪਰਮੇਸ਼ੁਰ ਨੇ ਤੱਤੀ ਵਾਹ ਵੀ ਲੱਗਣ ਨਹੀਂ ਦਿੱਤੀ, ਹੋਲਕਾ ਸੜ ਕੇ ਸੁਆਹ ਹੋ ਗਏ, ਪਹਾੜ ਤੋਂ ਸੁੱਟਿਆ ਜ਼ਹਿਰੀਲੇ ਸੱਪਾਂ ਦੀ ਅੰਧੇਰੀ ਕੋਠੜੀ ਵਿੱਚ ਬੰਦ ਕੀਤਾ ਗਿਆ ਭਗਤ ਪ੍ਰਹਿਲਾਦ ਆਦਿਕ ਅਨੇਕਾਂ ਤਰ੍ਹਾਂ ਦੇ ਕਸ਼ਟ ਮਾਰਨ ਦੇ ਯਤਨ ਪਰ ਕੋਈ ਸਫਲ ਨਾ ਹੋਇਆ, ਜਿਸ ਦਾ ਸਾਹ ਹੀ ਵੱਡਾ ਡਾ ਹੋਏ ਤਿਸ ਨੂੰ ਮਾਰ ਨਾ ਸਕੇ, ਕਿਉਂਕਿ ਡਾਢਾ ਮਾਲਕ ਹੈ, ਸਮਰੱਥ ਮਾਲਕ ਹੈ, ਜਿਸ ਦੇ ਵੱਲ ਉਹ ਹੈ ਉਸਨੂੰ ਕਿਸੇ ਦੀ ਮੋਹਛੰਦਗੀ ਨਹੀਂ, ਅਧੀਨਗੀ ਨਹੀਂ। ਜਾ ਤੂੰ ਮੇਰੇ ਵੱਲ ਹੈ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਜੋ ਬਣ ਗਿਆ ਗੁਰੂ ਨਾਨਕ ਦਾ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ, ਜੋ ਗੁਰੂ ਨਾਨਕ ਦਾ ਗੁਰੂ ਨਾਨਕ ਹੀ ਉਹਦਾ ਹੈ, ਤੂੰ ਬਣ ਜਾ ਉਹ ਰੱਖੇਗਾ, ਰੱਖਦਾ ਹੈ ਉਹ ਤਾਂ ਹਾਜ਼ਰਾ ਹਜ਼ੂਰ ਹੈ, ਕਿਤੇ ਦੂਰ ਨਹੀਂ ਰਹਿੰਦਾ, ਉਹ ਤੇਰੀ ਰੱਖਿਆ ਸਵੈਮ ਕਰੇਗਾ, ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਵੀਆ। ਪੁੱਤਰ ਕਲਤਰ ਲਖਮੀ ਦੀਸੈ ਇਨ ਮੈਂ ਕਿਸ਼ੂ ਨਾ ਸੰਗ ਲੀਆ। ਆਪਾਂ ਦੇਖਦੇ ਹਾਂ ਪੁੱਤਰ ਇਸਤਰੀ ਮਾਇਆ ਸਾਗ ਸੰਬੰਧੀ ਧਨ ਪਦਾਰਥ, ਇਹਨਾਂ ਵਿੱਚੋਂ ਕੁਛੂ ਵੀ ਕਿਸੇ ਨੇ ਪਰਲੋਕ ਜਾਂਦੇ ਸਾਥ ਨਹੀਂ ਲੈਣਾ ਪਿਆਰੀ, ਨਾ ਤਾਂ ਕੋਈ ਸੰਬੰਧੀ ਜਾਵੇਗਾ, ਜਾਂ ਧਨ ਮਾਇਆ ਇਹ ਮਹੱਲ ਜਾਣੇ ਨੇ। ਜੋ ਦਿਨ ਰਾਤ ਆਪਾਂ ਚੋਰੀਆਂ ਕਰਦੇ ਹਾਂ, ਝੂਠ ਬੋਲਦੇ, ਧਨ ਕਮਾ ਕੇ ਬਣਾਉਂਦੇ ਹਾਂ, ਨਾਲ ਤਾਂ ਕੁਝ ਨਹੀਂ ਜਾਣਦਾ। ਪਾਤਸ਼ਾਹ ਫਰਮਾਉਂਦੇ ਨੇ ਪੁੱਤਰ ਕਲੱਤਰ ਲਖਮੀ ਦੀ ਸੈ ਇਨ ਮੈਂ ਕਿਸੂ ਨਾ ਸੰਗ ਲਈਆ, ਤੁਰੇ ਨਾਲ ਤਾਂ ਕਿਸੇ ਨੇ ਜਾਣਾ ਨਹੀਂ, ਇਹ ਧਨ ਪਦਾਰਥ ਮਹੱਲ ਵੀ ਤੇਰੇ ਨਾਲ ਨਹੀਂ ਜਾਣਿਆ, ਕਿਉਂਕਿ ਮਨੁੱਖ ਉਜੜ ਵਿੱਚ ਪੈ ਗਿਆ, ਮਾਇਆ ਨੇ ਐਸੀ ਠੱਗ ਬੂਟੀ ਪਾਈ ਭੁਲਾ ਦਿੱਤਾ। ਬਿਖੈ ਠਗੋਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ। ਇਹ ਮਨਮੁੱਖ
ਮਨ ਮੁਖ ਤੇ ਗੁਰਮੁਖ ਦੀ ਪਰਿਭਾਸ਼ਾ ਧੰਨ ਧੰਨ ਬਾਬਾ ਜੀ ਸਤਸੰਗ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ। ਮਨ ਮੁਖ ਜੋ ਮਨ ਮਤੀਆ ਮਨ ਦੀ ਮਤ ਵਰਤਣ ਵਾਲਾ, ਆਪਣੀ ਮਨ ਨੂੰ ਮੁੱਖ ਰੱਖਣ ਵਾਲਾ ਗੁਰਮੁਖ, ਗੁਰੂ ਸਮਰੱਥ ਨੂੰ ਮੁੱਖ ਰੱਖਣ ਵਾਲਾ ਗੁਰਮਤੀਆ ਗੁਰ ਸ਼ਬਦ। ਪਰ ਜੋ ਮਨ ਮੁੱਖ ਆਪਣੀ ਸਿਆਣਪ ਚਤਰਾਈ ਮਨ ਦੀ ਮਨ ਮਤ ਵਰਤਦਾ, ਉਹ ਵਿਸ਼ਿਆਂ ਰੂਪੀ ਠੱਗ ਬੂਟੀ ਖਾ ਕੇ ਪਰਮੇਸ਼ਰ ਨੂੰ ਭੁੱਲ ਗਿਆ ਹੈ, ਕਿਉਂਕਿ ਸਿਆਣਪ ਆਪਣੇ ਮਨ ਦੀ ਵਰਤੀ ਹੈ, ਮਨ ਆਈਆਂ ਕੀਤੀਆਂ। ਪਰਮੇਸ਼ਰ ਤੋਂ ਵਾਹੀ ਗੁਰੂ ਤੋਂ ਬੇਮੁੱਖ ਹੋ ਗਿਆ, ਗੁਰੂ ਦੇ ਸਿਧਾਂਤ ਗੁਰੂ ਦੇ ਉਪਦੇਸ਼ ਨੂੰ ਮੰਨਿਆ ਨਹੀਂ ਕਮਾਇਆ। ਜਦੋਂ ਚੱਲਦੀ ਵੇ ਅੰਤ ਦਾ ਸਮਾਂ ਆਇਆ, ਕਿਉਂਕਿ ਜਾਣਾ ਸਭਨਾ ਨੇ, ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ, ਨਾਨਕ ਧੰਨ ਸੁਹਾਗਣੀ ਜਨ ਸਹਿ ਨਾਲ ਪਿਆਰ। ਇਹ ਲੋਕ ਪੇਕਾ ਘਰ ਹੈ, ਸਹੁਰਾ ਘਰ ਪਰਲੋਕ ਹੈ, ਜੋ ਅਵਸ਼ ਜਾਣਾ, ਜਿਵੇਂ ਲੜਕੀ ਦਾ ਵਿਆਹ ਹੁੰਦਾ ਅਵਸ਼ ਸਹੁਰੇ ਘਰ ਜਾਂਦੀ ਹੈ, ਮਨੁੱਖ ਦਾ ਵੀ ਵਿਆਹ ਲਾੜੀ ਮੌਤ ਨਾਲ ਹੋਣਾ, ਇੱਕ ਦਿਨ ਜਾਣਾ, ਸਭਨਾ ਨੇ ਜਾਣਾ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਕੋਈ ਦਾਅਵੇ ਨਹੀਂ ਬਣ ਸਕਦਾ ਕਿ ਮੈਂ ਮਰਨਾ ਕੀ ਨਹੀਂ, ਸਭਨਾ ਨੇ ਮਰਨਾ, ਪਾਤਸ਼ਾਹ ਫਰਮਾਉਂਦੇ ਨੇ। ਸੰਯੋਗ ਵਿਯੋਗ ਧੁਰੋਂ ਹੀ ਹੋਇਆ, ਇਹ ਧੁਰੋਂ ਹੋਇਆ ਸੰਯੋਗ ਜਨਮ ਵਿਯੋਗ ਮ੍ਰਿਤੂ, ਜੋ ਜਨਮ ਹੈ ਉਹ ਇੱਕ ਦਿਨ ਮਰਨ ਵਿੱਚ ਬਦਲੇ। ਬੇਖੈ ਠਗੌਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ, ਭੁੱਲ ਗਿਆ ਵਿਸ਼ਿਆਂ ਵਿਕਾਰਾਂ ਦੀ ਠੱਗ ਬੂਟੀ ਖਾ ਕੇ, ਬੇਖੌ ਬੇਡਰ ਫਿਰਦਾ ਹੈ, ਫਿਰ ਹੰਕਾਰੀ ਹੋ ਗਿਆ, ਕਿਉਂਕਿ ਵਿਕਾਰੀ ਹੈ, ਜੋ ਵਿਕਾਰੀ ਉਹ ਹੰਕਾਰੀ ਸੁਤੇ ਹੋ ਜਾਂਦਾ, ਕਿਉਂਕਿ ਵਿਕਾਰਾਂ ਨੇ ਹਿਰਦੇ ਘਰ ਵਿੱਚ ਘਰ ਕਰ ਲਿਆ। ਜਦੋਂ ਅੰਤ ਦਾ ਸਮਾਂ ਆਇਆ, ਮਾਇਆ ਧਨ ਪਦਾਰਥ ਪੱਕੇ ਮੰਦਰ ਛੱਡ ਕੇ ਚਲਾ ਗਿਆ, ਕੋਈ ਨਾਲ ਨਹੀਂ ਲੈ ਕੇ ਆਇਆ। ਵੱਡੇ ਵੱਡੇ ਰਾਜੇ ਮਹਾਰਾਜੇ ਪਿਆਰਿਓ ਜਗਤ ਵਿੱਚ ਆਏ ਨਹੀਂ, ਵੱਜੇ ਡੰਕੇ ਵਜਾ ਕੇ ਚਲੇ ਗਏ। ਰਾਜਾ ਰਾਵਣ ਮਨੁੱਖ ਪਾਸ ਤਾਂ ਤੁਸ਼ ਮਾਇਆ ਧਨ ਸੋਨੇ ਦੀ ਲੰਕਾ ਸੀ, ਕੋਈ ਦੀਵਾ ਬਾਲਣ ਵਾਲਾ ਵੀ ਨਹੀਂ। ਪਾਤਸ਼ਾਹ ਨੇ ਮੂਰਖ ਆਖਿਆ, ਲੰਕਾ ਗੱਡ ਸੋਨੇ ਕਾ ਪਾਇਆ, ਮੂਰਖ ਰਾਵਣ ਕਿਆ ਲੈ ਗਿਆ, ਕੁਝ ਲੈ ਕੇ ਗਿਆ। ਇੱਕ ਲੱਖ ਪੂਤ ਸਵਾ ਲੱਖ ਨਾਤੀ, ਤਹਿ ਰਾਵਣ ਕਰ ਦੀਆ ਨਾ ਵਾਤੀ। ਕਹਿੰਦਾ ਮੇਰਾ ਕੁਟੰਬ ਪਰਿਵਾਰ ਵੱਡਾ, ਇੱਕ ਲੱਖ ਪੁੱਤਰ ਸਵਾ ਲੱਖ ਪੋਤਰਾ ਸੀ ਰਾਜੇ ਰਾਵਣ। ਚੰਦ ਸੂਰਜ ਜਾ ਕੇ ਤਪਤ ਰਸੋਈ, ਵੈਸੰਤਰ ਜਾ ਕੇ ਕੱਪੜੇ ਧੋਈ। ਦੇਵ ਦੇਵੀ ਅਧੀਨ ਸਨ, ਟਹਿਲ ਕਰਦੇ ਸਨ, ਕੋਈ ਦੀਵਾ ਬਾਲਣ ਵਾਲਾ ਵੀ ਨਹੀਂ। ਪਾਤਸ਼ਾਹ ਫਰਮਾਉਂਦੇ ਹੁੰਦੇ ਨਿੰਦਾ ਕਰ ਕਰ ਬਹੁਤ ਵਿਗੂਤਾ, ਗਰਭ ਜੂਨ ਮੈਂ ਕਿਰਤ ਪਿਆ। ਨਿੰਦਿਆ ਕਵੋ ਚੁਗਲ ਨਿੰਦਕ ਝੂਠੇ ਜ਼ੁਲਮ, ਇਹਨਾਂ ਨੂੰ ਠੌਰ ਨਹੀਂ ਮਿਲਦੀ। ਪਾਤਸ਼ਾਹ ਫਰਮਾਉਂਦੇ ਨੇ ਨਿੰਦਕ ਕਰ ਕਰ ਬਹੁਤ ਵਿਗੂਤਾ, ਗਰਭ ਜੋਨ ਮੈਂ ਕਿਰਤ ਪਿਆ। ਨਿੰਦਿਆ ਕਰਦੀ ਕਿਸੇ ਦੀ ਵੀ ਉੱਚਤ ਤੇ ਭਲੀ ਨਹੀਂ, ਕੋਈ ਵੀ ਹੋਵੇ।
ਪਾਤਸ਼ਾਹ ਫਰਮਾਉਂਦੇ ਨੇ ਨਿੰਦਾ ਭਲੀ ਕਿਸੇ ਕੀ ਨਾ ਕੀ, ਮਨ ਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਨਿੰਦਕਾਂ ਦੇ ਮੂੰਹ ਕਾਲੇ ਘੋਰ ਨਰਕ ਵਿੱਚ ਵਸਣ। ਪਰ ਰੱਬ ਦੇ ਜਨ ਦਾ ਨਿੰਦਕ ਸਤਿਗੁਰੂ ਫਰਮਾਉਂਦੇ ਨੇ, ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਨ ਹੋ ਨਰਕ ਹੀ ਪਰੈ। ਉਹ ਵਸ਼ ਨਰਕ ਵਿੱਚ ਜਾਂਦਾ, ਕਿਉਂਕਿ ਰੱਬ ਦੇ ਜਨ ਪਿਆਰੇ ਦਾ ਨਿੰਦਕ ਹੈ। ਮਹਾਂਪੁਰਸ਼ਾਂ ਦੀ ਬਖਸ਼ਿਸ਼ਾਂ ਕਰਨੀਆਂ, ਨਿੰਦਕ ਨੂੰ ਜ਼ਹਿਰ ਦੇਣ ਦੀ ਵੀ ਲੋੜ ਨਹੀਂ, ਉਹ ਆਪਣੀ ਜੜ ਆਪ ਪੁੱਟ ਲੈਂਦਾ। ਭਾਈ ਸਾਹਿਬ ਦੇ ਵੀ ਬੱਚਿਆਂ ਨੇ, ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀ ਹੈ ਵੀ ਮੁੱਖੋਂ ਸੱਟੈ, ਪੱਥਰ ਪਾਣੀ ਰੱਖੀਏ ਮਨ ਖੱਟ ਨਾ ਕੱਟੈ, ਚੋਆ ਚੰਦਨ ਪਰ ਖਰੈ ਖਰ ਖੇ ਪਲਟੈ, ਤਿਉ ਨਿੰਦਕ ਬਨ ਦਿਉ ਫੱਟ ਬੋਲ ਨਾ ਕੱਟੈ। ਆਪਣ ਹੱਥੀ ਆਪਣੀ ਜੜ ਆਪ ਉਹ ਕੱਟੈ, ਕੂਕਰ ਨੂੰ ਰਾਜ ਗੱਦੀ ਤੇ ਬਹਾਲਦੀ ਉਹ ਚੱਕੀ ਚੱਟੇਗਾ, ਸੱਪ ਨੂੰ ਦੁੱਧ ਪਿਆਲੀਏ ਜ਼ਹਿਰ ਹੀ ਉਗਲੇਗਾ, ਪੱਥਰ ਨੂੰ 100 ਸਾਲ ਜਲ ਵਿੱਚ ਰੱਖ ਦੇਈਏ ਕਿ ਕਠੋਰਪਣਾ ਦੂਰ ਹੋ ਜਾਵੇ, ਨਹੀਂ ਅੰਦਰੋਂ ਨਹੀਂ ਭਿੱਜੇਗਾ। ਖਲ ਕਹਿੰਦੇ ਨੇ, ਗਰੇ ਨੂੰ ਚੰਦਨ ਦਾ ਲੇਪ ਕਰੀਏ ਉਹ ਧੂੜੀ ਰਾਖ ਵਿੱਚ ਮਲੇਟ ਦੇ, ਉਸਨੂੰ ਕਦਰ ਕੀ। ਨਿੰਦਕ ਨੂੰ ਬੜਾ ਸਮਝਾਈਏ ਭਲਿਆ, ਨਿੰਦਿਆ ਨਾ ਕਰਿਆ, ਇਸ ਜਨਮ ਦਾ ਲਾਖਾ ਲੈ ਕਿਉਂ ਨਿੰਦਿਆ ਕਰਕੇ ਅਣਹੋਂ ਦੇ ਭਾਅ ਸਿਰ ਤੇ ਲੈਂਦਾ ਹੈ। ਪਰ ਉਹ ਨਿੰਦਿਆ ਕਰਨ ਵਾਲਾ ਨਹੀਂ ਹਟਦਾ, ਕਿਉਂਕਿ ਆਖਾਦ ਬਣ ਚੁੱਕਾ ਹੈ ਨਿੰਦਿਆ। ਭਾਈ ਸਾਹਿਬ ਕਹਿੰਦੇ ਨੇ, ਤਿਉਂ ਨਿੰਦਕ ਬਾ ਨਿੰਦਿਓ ਖੱਟ ਮੂਲ ਨਾ ਹਟੈ, ਆਪਣ ਹੱਥੀ ਆਪਣੀ ਜੜ ਆਪ ਪੁੱਟੈ, ਆਪਣੀ ਜੜ ਆਪ ਪੁੱਟ ਲੈਂਦਾ। ਨਿੰਦਾ ਕਰਨੀ ਉਚਿਤ ਨਹੀਂ। ਪਾਤਸ਼ਾਹ ਕੀ ਵਚਨ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਗਰਭ ਜੋਨ ਮੈਂ ਕਿਰਤ ਪਾਇਆ, ਜਠਰੀ ਅਗਨੀ ਗਰਭ ਜੂਨੀ ਇੱਕ ਸੂਖਮ ਪੜਦਾ ਹੈ, ਗਰਭ ਜੂਨੀਆਂ ਵਿੱਚ ਪੈਂਦਾ ਹੈ, ਫਿਰ ਸਜਾਵਾਂ ਤੇ ਦੁੱਖ ਪਾਉਂਦਾ ਪਿਆ। ਪੁਰਬ ਕਮਾਣੇ ਛੋੜੇ ਨਾਹੀ, ਜਮਦੂਤ ਗਰਸਿਓ ਮਹਾ ਭਇਆ। ਪੁਰਬ ਕਮਾਣੇ, ਕਿਉਂਕਿ ਇੱਕ ਜਨਮ ਦਾ ਆਪਣਾ ਸੰਬੰਧ ਨਹੀਂ ਹੁੰਦਾ। ਮਨੁੱਖ ਸੋਤੇ ਇਹ ਵੀ ਸਵਾਲ ਕਰਦਾ ਕਿ ਇਸ ਜਨਮ ਵਿੱਚ ਕੋਈ ਪਾਪ ਨਹੀਂ ਕੀਤਾ, ਕਿਉਂ ਸਜ਼ਾ, ਕਿਉਂ ਦੁੱਖ, ਕਿਉਂ ਇੰਜ ਹੋਇਆ, ਕਿਉਂਕਿ ਤੇਰਾ ਸੰਬੰਧ ਇੱਕ ਜਨਮ ਨਾਲ ਨਹੀਂ। ਤੂੰ ਕਈਆਂ ਜਨਮਾਂ ਤੋਂ ਗੁਜ਼ਰ ਕੇ ਆਇਆ, ਪਤਾ ਨਹੀਂ ਕਿਹੜੇ ਜਨਮ ਦੀ ਸਜ਼ਾ ਤੈਨੂੰ ਹੁਣ ਮਿਲੀ, ਕਿਉਂਕਿ ਮਨੁੱਖ ਸੋਤੇ ਕਹਿ ਵੀ ਆਤਮਾ ਪਰਮੇਸ਼ੁਰ ਦਾ ਸਿਧਾਨ ਕਿ ਅਗਲੇ ਜਨਮ ਵਿੱਚ ਮੈਨੂੰ ਇਹ ਦੁੱਖ ਮਿਲ ਜਾਵੇ, ਕਿਉਂਕਿ ਭੋਗਣਾ ਭੋਗੈ ਮਿਨ ਭਾਗੈ ਨਹੀਂ ਕਰਮ ਗਤੀ ਬਲਵਾਨ, ਬਲ ਵਾਲੀ ਗਤੀ। ਤਾਂ ਮਨੁੱਖ ਨੂੰ ਫਸ ਕੇ ਭੋਗਣੀ ਚਾਹੀਦੀ ਹੈ ਕਿ ਮੇਰੇ ਕਰਮ ਨੇ, ਕਿਉਂਕਿ ਪਰਮੇਸ਼ੁਰ ਕਿਸੇ ਦਾ ਮਾੜਾ ਚਿਤ ਵਧਾ ਨਹੀਂ ਨਾ ਕਰਦਾ ਹੈ, ਉਸਦਾ ਨਿਯਮ ਅਤੇ ਮਰਿਆਦਾ ਕੀ ਹੈ, ਉਹ ਕਰਮ ਫਲ ਪ੍ਰਦਾਤਾ। ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ, ਕਿਉਂ ਬੁਰਾ ਹੋਏ, ਉਹ ਤਾਂ ਭਲਾ ਮਨਾਉਂਦਾ ਹੈ, ਕਿਉਂਕਿ ਸਵੈ ਮਨੁੱਖ ਦੇ ਉਹ ਕਦਮ ਕੀਤੇ ਨੇ, ਉਹ ਅਡੰਬਰ ਰਚੇ ਨੇ, ਉਹ ਭੋਗਣੇ ਤਾਂ ਪੈਣੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਪੁਰਬ ਕਮਾਣੇ ਛੋੜੇ ਨਾ, ਉਹ ਛੱਡਦੇ ਨੇ ਜੋ ਪੂਰਵ ਜਨਮ ਵਿੱਚ ਕਦਮ ਕੀਤੇ ਸੀ, ਕਿਸੇ ਨੂੰ ਦੁੱਖ ਦਿੱਤਾ, ਪਾਪ ਕਮਾਏ, ਘਾਤ ਕੀਤੇ,
ਉਹ ਛੱਡਣਗੇ ਨਹੀਂ। ਅੰਤ ਨੂੰ ਮਹਾ ਭਿਆਨ ਜੋ ਜਮ ਦੇ ਦੂਤ ਨੇ, ਬੜੇ ਭਿਆਨਕ, ਬੜੀਆਂ ਭਿਆਨਕ ਸੂਰਤਾਂ ਨੇ, ਬਲਵਾਨ ਨੇ, ਤਿੰਨਾਂ ਨੇ ਗ੍ਰਸ ਲੈਣਾ ਹੈ ਪਿਆਰੇ। ਜਮਦੂਤ ਗ੍ਰਸਿਓ ਮਹਾ ਭਿਆਨ। ਭਗਤ ਕਬੀਰ ਜੀ ਦੇ ਬੜੇ ਸੁੰਦਰ ਬਚਨ ਸਮਝਾਉਂਦੇ ਨੇ ਤਾੜਨਾ ਕਰਕੇ ਕਿ ਪਿਆਰਿਓ ਕਬੀਰ ਜਮ ਕਾ ਠੇਂਗਾ ਗੋਰਾ, ਉਹ ਨਹੀਂ ਸਹਿਆ ਜਾਏ। ਠੇਂਗਾ ਸੋਟੇ ਨੂੰ ਕਹਿੰਦੇ ਨੇ, ਬੜਾ ਬੋਰਾ ਸੋਟਾ ਹੈ ਜਮਾਂ ਦਾ, ਮਾਦ ਬੜੀ ਬੁਰੀ ਹੈ ਪਿਆਰਿਆ, ਤੇ ਤੂੰ ਸਹਾਰੀ ਨਹੀਂ ਜਾਣਾ, ਤੂੰ ਬੇਖੌ ਬੇ ਡਰ ਵਿਚਰਦਾ ਹੈ, ਤੂੰ ਭੈ ਨਹੀਂ ਮੰਨਦਾ ਪਰਮੇਸ਼ਰ ਦਾ। ਕਬੀਰ ਜਮ ਕਾ ਠੇਂਗਾ ਬੋਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਬੋਹੇ ਮਿਲਿਓ ਤਿੰਨ ਲੀਆਂ ਚ, ਜੀ ਫਰਮਾਉਂਦੇ ਨੇ ਮੈਨੂੰ ਵੀ ਰੱਬ ਦਾ ਪਿਆਰਾ, ਮੈਂ ਪੱਲੇ ਨਾਲ ਲੱਗ ਕੇ ਤਰ ਗਿਆ, ਤੁਸੀਂ ਵੀ ਸੰਗ ਕਰੋ, ਜੁੜੇ ਹੋਏ ਦਾ ਮਿਲੇ ਹੋਏ ਦਾ ਤਰ ਜਾ। ਬੋਲੈ ਝੂਠ ਕਮਾਵੈ ਅਵਰਾ, ਤ੍ਰਿਸ਼ਨ ਨਾ ਬੂਝੈ ਬਹੁਤ ਹੋਇਆ। ਝੂਠ ਬੋਲਦਾ ਔਰ ਕੀ ਕਰਮਾਂ, ਜੋ ਪਰਮੇਸ਼ੁਰ ਤੋਂ ਬੇਮੁਖ ਕਰਨ ਵਾਲੇ ਕਰਮ ਨੇ, ਮਨੁੱਖ ਆਪ ਉਹ ਕਰਮ ਕਰਦਾ ਹੈ, ਹੋਰਾਂ ਤੋਂ ਕਰਾਉਂਦਾ ਤੇ ਇਹਨਾਂ ਨੂੰ ਕਰਦਾ ਹੈ ਕਮਾਉਂਦਾ ਹੈ। ਪਦਾਰਥਾਂ ਦੀ ਰਿਸ਼ਨ ਅਗਨੀ ਨਹੀਂ ਸ਼ਾਂਤ ਹੁੰਦਾ, ਰਿਸ਼ਨਾ ਮਨੁੱਖ ਦੀ ਵੱਧਦੀ ਜਾਂਦੀ ਆ ਘੱਟਦੀ ਨਹੀਂ। ਰਿਸ਼ਨਾ ਵੇਲੇ ਹੀ ਕੀ ਬੁਝੀਏ, ਕੋਟ ਜੋਰੇ ਲੱਖ ਕਰੋੜੇ ਮਨ ਨਾ, ਪਰੈ ਪਰੈ ਹੀ ਕੋ ਬੁਝੀਏ, ਰਿਸ਼ਨਾ ਤਾਂ ਵੇਲਿਆਂ ਦੀ ਬੁਝੀ। ਬੋਲੈ ਝੂਠ ਕਮਾਵੈ ਅਵਰਾ, ਰਿਸ਼ਨ ਨਾ ਬੂਝੈ ਬਹੁਤ। ਪਰਮੇਸ਼ੁਰ ਤੋਂ ਬੇਵੋ ਕਰਨ ਵਾਲੇ ਕਰਮਾਂ ਨੂੰ ਕਮਾਉਂਦਾ, ਪਦਾਰਥਾਂ ਦੀ ਤ੍ਰਿਸ਼ਨਾ ਸ਼ਾਂਤ ਨਹੀਂ। ਅਤੇ ਬਹੁਤ ਵੇਦ ਹੱਤ ਹੋਇਆ, ਭਾਵ ਜੰਮਦਾ ਮਰਦਾ ਹੀ ਰਹਿੰਦਾ, ਦੁੱਖਾਂ ਵਿੱਚ ਜਨਮ ਦੁੱਖਾਂ ਵਿੱਚ ਵੰਡਦਾ, ਕਿਉਂਕਿ ਵੱਡਾ ਦੁੱਖ ਜਨਮ 'ਤੇ ਵੰਡਦਾ। ਸਤਿਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਾਲਵੇ ਦੀ ਧਰਤੀ 'ਤੇ ਇੱਕ ਨਗਰ ਵਿੱਚ ਵਿਰਾਜਮਾਨ ਨੇ। ਇੱਕ ਸਤਸੰਗੀ ਗੁਰਸਿੱਖ ਹਰ ਰੋਜ਼ ਗੁਰਦੇਵ ਵਾਸਤੇ ਇੱਕ ਸਮੇਂ ਇੱਕ ਟਾਈਮ ਦਾ ਪ੍ਰਸ਼ਾਦਾ ਘਰੋਂ ਬੜੇ ਪਿਆਰ ਨਾਲ ਬਣਾ ਕੇ ਲਿਆਉਂਦੇ। ਕਈ ਦਿਨ ਹੋ ਗਏ, ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਬੜੇ ਮਿਹਰਬਾਨ ਦਿਆਲੂ ਪ੍ਰਸੰਨ ਹੋ ਕੇ ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਅਸੀਂ ਬੜੇ ਪ੍ਰਸੰਨ ਹਾਂ, ਜੋ ਤੇਰੀ ਇੱਛਾ ਹੈ ਮੰਗ, ਤੂੰ ਬੜੀ ਸੇਵਾ ਕਰਦਾ ਹੈ। ਬੇਨਤੀ ਕੀਤੀ, ਅਰਜ ਗੁਜ਼ਾਰੀ ਕੀਤੀ, ਨਿਵਾਜ਼ ਤੁੱਠੇ ਹੋ, ਮੇਰਾ ਜਨਮ ਅਤੇ ਵੰਡ ਕੱਟ। ਪਾਤਸ਼ਾਹ ਕਹਿਣ ਲੱਗੇ, ਕੋਈ ਹੋਰ ਮੰਗ ਮੰਗ, ਸਤਿਗੁਰੂ ਕਿਰਪਾ ਕਰੋ ਜਮਣਾ ਅਤੇ ਵੰਡਣਾ, ਤਿੰਨ ਵਾਰ ਬਚਨ। ਪਾਤਸ਼ਾਹ ਨੇ ਫਿਰ ਬਚਨ ਕੀਤਾ, ਚੰਗਾ ਫਿਰ ਕੱਲ੍ਹ ਆ। ਰਾਤ ਬਤੀਤ ਹੋਈ, ਦੂਜਾ ਦਿਨ ਹੋਇਆ, ਅਨੇਕਾਂ ਜਨਮ ਉਸਨੇ ਰਾਤ ਵਿੱਚ ਪਾਏ, ਅਨੇਕਾਂ ਜਨਮ ਤ੍ਰਿਗ ਦਜੂਨਾ ਬੜੇ ਦੁੱਖ ਪਾਏ, ਬੜਾ ਭੈ ਭੀਤ ਵੀ ਹੋਇਆ। ਨਿੱਤ ਦੇ ਨੇਮ ਨਾਲ ਸਤਿਗੁਰੂ ਪਾਤਸ਼ਾਹ ਵਾਸਤੇ ਪ੍ਰਸ਼ਾਦਾ ਲੈ ਕੇ ਆਏ, ਨਮਸਤਕ ਹੋਇਆ। ਪਾਤਸ਼ਾਹ ਬੜੇ ਪ੍ਰਸੰਨ ਨੇ, ਸਿੰਘਾਸਨ 'ਤੇ ਬੈਠੇ ਨੇ,
ਕਹਿਣ ਲੱਗੇ ਸਿੱਖਾ ਸੁਣਾ ਫਿਰ ਰਾਤ ਕਿਵੇਂ ਬੀਤੀ ਪਾਤਸ਼ਾਹ ਤੁਸੀਂ ਜਾਣੀ ਜਾਣ। ਸਤਿਗੁਰੂ ਕਹਿਣ ਲੱਗੇ ਇਤਨੇ ਜਨਮ ਤੂੰ ਪਾਉਣੇ ਸੀ, ਉਹ ਤੇਰੇ ਜਨਮ ਸੁਪਨੇ ਵਿੱਚ ਹੀ ਕੱਟੇ ਗਏ, ਕਿਉਂਕਿ ਵੱਡਾ ਦੁੱਖ ਜਨਮ ਦੇ ਮਨ ਦਾ ਹੈ, ਕਿਉਂਕਿ ਮਨੁੱਖ ਅਗਿਆਨੀ ਅਵਿਦਿਆ ਵਿੱਚ ਰਚਿਆ ਹੋਇਆ, ਉਹਨੂੰ ਸੋਝੀ ਹੀ ਨਹੀਂ। ਸੁਤੇ ਕਹਿ ਦਿੰਦਾ ਅਗਲੇ ਜਨਮ ਵਿੱਚ ਮੈਂ ਇੰਝ ਕਰਾਂਗਾ ਇੰਝ ਕਰਾਂਗਾ, ਪਤਾ ਹੈ ਤੇਰਾ ਜਨਮ ਕਿਹੜਾ ਪੈਣਾ ਹੈ, ਕਿਸ ਜਨਮ ਵਿੱਚ ਤੂੰ ਜਾਵੇਂਗਾ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਤੇਰਾ ਮਨ ਤਾਂ ਵਾਸ਼ਨਾਵਾਂ ਵਿੱਚ ਲੱਗਿਆ ਹੈ, ਜਨਮ ਤੇਰਾ ਉਹੀ ਪੈ ਜਾਣਾ। ਪਸ਼ੂ ਪੰਖੀ ਆਦਿ ਕੁਝ ਤੋਂ ਕੁਝ ਤੂੰ ਬਣੇਗਾ, ਕੀ ਕਰੇਗਾ ਫਿਰ, ਕੋਈ ਵਾਹ ਨਹੀਂ ਜਾਂਦਾ ਮਨੁੱਖ ਦਾ। ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਨ ਨਾ ਬੂਝੇ ਬਹੁਤ ਫੈਰਾ। ਜਿਸ਼ਨਾ ਅਗਨੀ ਸ਼ਾਂਤ ਨਹੀਂ ਹੁੰਦੀ, ਬਹੁਤ ਵੇਦ ਜੰਮਦਾ ਮਰਦਾ ਹੈ। ਅਸਾਧ ਰੋਗ ਉਪਜਿਆ ਸੰਤ ਦੁੱਖ, ਇਹ ਵਿਨਾਸੀ ਵਾਖਿਆ। ਅਸਾਧ ਰੋਗ ਜੋ ਦੂਰ ਨਾ ਹੋਵੇ, ਜੋ ਸਧਿਆ ਨਾ ਜਾਵੇ, ਉਸਨੂੰ ਕਹਿੰਦੇ ਨੇ ਅਸਾਧ ਰੋਗ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਅਸਾਧ ਰੋਗ ਉਪਜਿਆ ਸੰਤ ਦੁੱਖ, ਇਹ ਕਿਵੇਂ ਪ੍ਰਗਟ ਹੁੰਦਾ ਹੈ ਅਸਾਧ ਰੋਗ? ਸਤਿਗੁਰੂ ਇਹ ਵੀ ਦੱਸਦੇ ਨੇ, ਸੰਤ ਦੁੱਖ ਜੋ ਸੰਤਾਂ ਤੇ ਜੋ ਰੱਬ ਦੇ ਜਨ ਨੇ, ਸਾਬਰ ਅੰਦਰ ਸਾਬਰੀ ਤਨ ਇਹ ਵੈ ਜਾ ਲੇਨ ਖੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇ। ਉਹ ਆਪਣਾ ਭੇਤ ਨਹੀਂ ਦਿੰਦੇ, ਖੁਦਾ ਦੇ ਨੇੜੇ ਨੇ ਇੱਕ ਰੂਪ ਨੇ। ਉਹਨਾਂ ਤੇ ਦੂਸ਼ਣ ਅਰੋਪਣੇ ਸੰਤਨ ਦੁੱਖ ਪਾਏ ਤੇ ਦੁੱਖ, ਜੋ ਸੰਤਾਂ ਦੁੱਖ ਦਿੰਦਾ ਪਰਮੇਸ਼ਰ ਬਖਸ਼ਦਾ ਨਹੀਂ। ਏਵਨ ਆਵਾਲ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸੰਤਾਂ ਦੀ ਮੰਡਲੀ ਸੀ, ਭਾਈ ਮਰਦਾਨੇ ਨੇ ਬਾਹਰ ਬਾਹਰ ਸਤਿਗੁਰੂ ਪਾਤਸ਼ਾਹ ਬਿਰਾਜਮਾਨ ਹੋਏ, ਮਰਦਾਨੇ ਨੇ ਭਾਈ ਮਰਦਾਨੇ ਨੇ ਬੇਨਤੀ ਕੀਤੀ, ਪਾਤਸ਼ਾਹ ਬੜੀ ਭੁੱਖ ਲੱਗੀ ਹੈ, ਸਾਧੂ ਵੀ ਭੁੱਖੇ ਨੇ, ਹੁਕਮ ਹੋਵੇ ਸ਼ਹਿਰ ਵਿੱਚ ਜਾਈਏ ਕੁਝ ਲੈ ਆਈਏ ਸ਼ੱਕ। ਹੁਕਮ ਹੋ ਗਿਆ, ਚਲੇ ਗਏ ਕੁਝ ਸਾਧੂ ਨਾਲ। ਪਠਾਨ ਬੜੇ ਹੰਕਾਰੀ ਸੀ, ਬੜੇ ਕਬੋਲ ਬੋਲੇ ਧੱਕੇ ਮਾਰੇ। ਸਤਿਗੁਰਾਂ ਨੇ ਇਹ ਬਚਨ ਕਹੇ ਸੀ ਕਿ ਆਉਣ ਲੱਗੇ ਭਾਈ ਲਾਲੋ ਜੀ ਨੂੰ ਨਾਲ ਲੈ ਆਉਣਾ, ਭਾਈ ਲਾਲੋ ਜੀ ਵੀ ਨਾਲ ਸਾਰੀ ਵਿਥਿਆ। ਭਾਈ ਮਰਦਾਨੇ ਨੇ ਗੁਰਦੇਵ ਦੀ ਸ਼ਰਨ ਵਿੱਚ ਆਇਆ, ਤਤਕਾਲ ਵਿਰਾਗ ਵਿੱਚ ਆ ਕੇ ਦੱਸੀ, ਇੰਝ ਕੀਤੀ ਸਾਡੇ ਨਾਲ ਸਤਿਗੁਰੂ, ਇਹਨਾਂ ਪਠਾਣਾਂ ਨੇ ਹੰਕਾਰੀਆਂ ਨੇ। ਪਾਤਸ਼ਾਹ ਨੇ ਤਤਕਾਲ ਹੀ ਬਾਣੀ ਉਚਾਰ ਦਿੱਤੀ, ਬਚਨ ਕੀ ਕੀਤੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਭਾਈ ਲਾਲੋ ਹੱਥ ਜੋੜੀ ਖਲੋਤਾ ਹੈ, ਪਾਤਸ਼ਾਹ ਕੀ ਕਹਿ ਰਹੇ? ਉਹ ਸਤਿਗੁਰੂ ਕਹਿਣ ਲੱਗੇ, ਤੂੰ ਮੇਰੇ ਪਿਆਰੇ ਨੂੰ ਦੁੱਖ ਤਾਂ ਮੇਰੇ ਤੋਂ ਸਹਾਰਿਆ ਨਹੀਂ ਜਾਂਦਾ, ਅੱਜ ਤੋਂ ਤੀਜੇ ਦਿਨ ਬਾਬਰ ਹੀ ਆਵੇਗਾ ਚੜਾਈ ਕਰਕੇ। ਇਹੀ ਹਾਲ ਹੋਇਆ ਸੀ ਇਹ ਮਨਾਵਾ, ਬਾਬਰ ਹੀ ਆਏ, ਬੜਾ ਕੁਝ ਹੋਇਆ, ਬੜਾ ਅਤਿਆਚਾਰ ਹੋਇਆ, ਕਿਉਂਕਿ ਉਹ ਮਾਲਕ ਵੱਡਾ ਸਮਰੱਥ ਹੈ, ਉਹ ਸੰਤ ਉਸਦੇ ਭਗਤ ਪਿਆਰੇ ਨੇ। ਇਹ ਸਤਿਗੁਰੂ ਪਾਤਸ਼ਾਹ ਪਿਤਾ ਬਾਬਾ ਮਹਿਤਾ ਕਾਲੂ ਨੇ 20 ਰੁਪਈਏ ਹੀ ਦਿੱਤੇ ਭੁੱਖਿਆਂ ਸਾਧੂਆਂ ਨੂੰ, ਜੋ ਕਈ ਦਿਨਾਂ ਦੇ ਭੁੱਖੇ ਸੀ, ਸੱਚਾ ਸੌਦਾ ਕੀਤਾ।
ਕੈਸਾ ਸੱਚ ਦਾ ਵਪਾਰ ਲੰਗਰ ਲਾਇਆ ਕਿ ਮੇਰੇ ਪਿਆਰੇ ਜਨ ਭੁੱਖੇ ਨੇ ਪਿਤਾ ਤੋਂ ਮਾਰ ਵੀ ਕਰਦੇ, ਕਿਉਂਕਿ ਉਹ ਆਪਣੇ ਜਨਾਂ ਦਾ ਪਿਆਰਾ ਹੈ। ਪਾਤਸ਼ਾਹ ਉਪਦੇਸ਼ ਦਿੰਦੇ ਨੇ, ਅਸਾਦ ਰੋਗ ਉਪਜਿਆ ਸੰਤ ਦੂਖਨ, ਜੋ ਸੰਤਾਂ ਦੇ ਵਿੱਚ ਦੂਸਣ ਆਰੋਪ ਦਾ ਮਾੜਾ ਕਹਿੰਦਾ ਕਬੂਲ ਬੋਲਦਾ ਜੋ ਨਾ ਸਾਧਿਆ ਜਾਵੇ, ਐਸਾ ਗਿਆਨ ਰੂਪ ਰੋਗ ਪ੍ਰਗਟ ਹੋ ਜਾਂਦਾ, ਜਿਸੇ ਮਨੁੱਖ ਦੇਹੀ ਵਿਨਾਸ਼ ਹੋਈ, ਨਿਸਫਲ ਹੋਈ, ਪ੍ਰਲੋਕ ਵਿੱਚ ਅਤਿ ਅੰਤ ਫਿਰ ਨਸ਼ਟ ਹੋਇਆ। ਇੱਕ ਨਰਕ ਨਹੀਂ ਕਹਿੰਦੇ ਪਾਤਸ਼ਾਹ, ਅਨੇਕ ਨਰਕ ਭੋਗਣੇ ਵਾਲਾ ਹੋ ਜਾਂਦਾ ਹੈ, ਅਨੇਕਾਂ ਨਰਕਾਂ ਵਿੱਚੋਂ ਮਨੁੱਖ ਜਾਂਦਾ ਹੈ। ਜਿਨਹਿ ਨਵਾਜੇ ਤਿਨਹੀ ਸਾਜੇ, ਆਪੇ ਕੀਨੇ ਸੰਤ ਜਯਾ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਜਿਸ ਪਰਿਪੂਰਨ ਪਰਮਾਤਮਾ ਨੇ ਸਾਰੇ ਸਰੀਰ ਬਣਾਏ ਨੇ, ਸੁੰਦਰ ਸਾਜਨਾ ਕੀਤੀ ਤਨਾਂ ਦੀ ਦੇਹੀਆਂ ਦੀ, ਕਿਸਨੇ ਹੀ ਵਡਿਆਏ ਨਵਾਜੇ ਨੇ, ਕਿਸਨੇ ਆਪ ਹੀ ਸੰਤ ਜਯਾ ਜੀਤ ਵਾਲੇ ਕੀਤੇ ਨੇ, ਕਿਉਂਕਿ ਸੰਤ ਵੀ ਪਰਮੇਸ਼ਰ ਨੇ ਆਪ ਭੇਜੇ ਨੇ। ਸਾਧ ਪਠਾਏ ਆਪ ਖਰ ਅਮ ਤੁਮ ਤੇ ਨਾ, ਆਪ ਭੇਜੇ ਨੇ ਪਰਮੇਸ਼ਰ ਨੇ ਬਚਨ ਕਿ ਅਸੀਂ ਤੁਹਾਡੇ ਅੰਗ ਸੰਗ ਹਾਂ। ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਯਾ। ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਯਾ। ਪਰਿਪੂਰਨ ਪਰਮਾਤਮਾ ਨੇ ਦਇਆ ਦੇ ਰੂਪ ਨੇ, ਮੇਰੇ ਵਾਹੇ ਗੁਰੂ ਨੇ ਕਿਰਪਾ ਕਰਕੇ ਆਪਣੇ ਸੰਤ ਭਗਤ ਫਕੀਰ ਕੰਠ ਸਾਥ ਲਾ ਰੱਖੇ ਨੇ। ਆਪ ਆਪਣੀਆਂ ਜਨਾਂ ਦੀ ਪੈਜ ਪਿਆਰੀਓ, ਆਦਿ ਤੋਂ ਰੱਖਦਾ ਕੀ ਆਇਆ ਹੈ, ਆਦਿ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ, ਨਾਨਕ ਨਾਮ ਮਹਾਂ ਰਸ ਮੀਠਾ, ਅੰਨ ਦਿਨ ਮਨ ਤਨ ਪੀਵਾਂ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗ ਕਰੀਏ ਸਤ ਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਤੇ ਅਚੁੱਤ ਹੇ ਪਾਰ ਬ੍ਰਹਮ ਆਪਣਾ ਸੇ ਅਗਨਾਸ, ਹੇ ਪੂਰਨ ਹੇ ਸਰਬ
ਸ਼ਬਦ ਮੈਲੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਧਾ ਕਰ ਸੇਵ ਸੋ